ਮਿੱਤਰਾਂ ਦਾ ਨਾਮ ਇਹ ਜਿਹੜੇ ਬੋਲ ਨੇ ਉਹ ਸੁਲਤਾਨ ਦੇ ਰੀਸੈਂਟ ਗਾਣੇ ਚੋਂ ਕਾਫੀ ਮਿਲਦੇ ਨੇ। 30 ਮਾਰ ਖਾਂ ਜੱਟ 30 ਮਾਰ ਖਾਂ ਤੇਰੇ ਸ਼ਹਿਰ ਵਿੱਚ ਚੱਲਦਾ ਹੈ ਮਿੱਤਰਾਂ ਦਾ ਨਾਂ, ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ, ਤਾਂ ਹੀ ਬੈਰੀ ਦੇ ਬਨੇਰਿਆਂ ਤੇ ਬੋਲਦੇ ਆ ਕਾਂ। ਮੈਨੂੰ ਨਹੀਂ ਪਤਾ ਉਹਨਾਂ ਦਾ ਪਰਪਸ ਕੀ ਆ, ਜਾਂ ਉਹ ਮੇਰੇ ਤੋਂ ਪਹਿਲਾਂ ਦੇ ਆਰਟਿਸਟ ਆ, ਮੇ ਬੀ ਉਹਨਾਂ ਨੇ ਉੱਥੇ ਸੁਣਿਆ ਹੋਣਾ, ਜਾਂ ਮੇ ਬੀ ਕੋਈ ਕਾਲ ਕੂਲ ਤੇ ਗੱਲ ਹੋ ਰਹੀ ਹੋਣੀ ਆ ਮੌਕੇ ਤੇ। ਗਾਣੇ ਇੰਪੈਕਟ ਕਰਦੇ ਆ, ਹੁਣ ਤੁਹਾਡੇ ਮੂਡ ਤੇ ਇੰਪੈਕਟ ਕਰੂਗਾ ਗਾਣਾ, ਤੁਸੀਂ ਕੋਈ ਚੱਕਮਾ ਸੁਣੋਗੇ ਤੁਹਾਨੂੰ ਉਵੇਂ ਬੂਸਟ ਕਰੂਗਾ। ਕਪਤਾਨ ਮੇਰਾ ਨਾਂ, ਤੂੰ ਜਾਣਦੀ ਹੋਏਗੀ ਸਾਰੀ ਪਿੰਡ ਮਿੱਤਰਾਂ ਦਾ ਵੀ, ਪਛਾਣਦੀ ਹੋਏਗੀ ਤੇਰੀ ਸਹੇਲੀ ਦਾ ਕਰਸ਼ ਮੈਂ ਆ, ਮੇਰੀ ਬੁੱਗੇ ਤੂੰ ਪਤਾ ਸੀ ਗੱਲ ਸੁਣ ਹੈਰਾਨ ਜੀ ਹੋਏਗੀ। ਪਰ ਸਾਰੇ ਹੀ ਚੱਕਮੇ ਕਰੀ ਜਾਣੇ ਆ, ਸਾਰੇ ਵੀ ਵੱਢ ਲਾਂਗੇ ਚੱਕ ਲਾਂਗੇ ਆ, ਉੱਦਾਂ ਉੱਦਾਂ ਵਾਲੇ ਗਾਣੇ ਉਹ ਇੰਨੇ ਮੈਂ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਇੰਨੀ ਪ੍ਰਿਓਰਟੀ ਨਹੀਂ ਦਿੰਦਾ ਵੀ ਮੈਂ ਲੜਾਈ ਵਾਲੇ ਮਾਮਲੇ 'ਚ ਜਾਂ ਖੜਕੇ ਦੜਕੇ ਵਾਲੇ 'ਚ ਮੈਂ ਆਪਦਾ ਉੱਦਾਂ ਨਹੀਂ ਹੈਗਾ। ਪਰ ਗਾਣੇ ਹੁਣ ਜਿਹੜੇ ਜੋ ਜਿਹਨੂੰ ਪਸੰਦ ਆ ਆਪਾਂ ਨੂੰ ਉਹ ਜਿਹਾ ਤਾਂ ਅਗਲੇ ਨੂੰ ਦੇਣਾ ਪੈਣਾ। ਵੀ ਇੰਡੀਆ ਤੋਂ ਕਾਲਾਂ ਆਉਂਦੀਆਂ ਹੁੰਦੀਆਂ, ਛੋਟੇ ਛੋਟੇ ਉਹ ਬੈਠੇ ਤੇ ਕ੍ਰਿਕਟ ਖੇਡਣ ਵਾਲੇ ਜਵਾਕ ਤੇ ਉਹ ਫੋਨ ਲਈ ਜਾਂਦੇ ਹੁੰਦੇ ਵੀ ਬਾਈ ਵਧੀਆ ਤੇਰਾ ਗਾਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਕਪਤਾਨ ਤੇ ਅੱਜ ਆਪਾਂ ਹੈਗੇ ਕਨੈਕਟ FM 91.5। ਆਜੋ ਕਰਦੇ ਹਾਂ ਗੱਲਾਂ। ਸਰੀ ਦਾ ਮੁੰਡਾ ਕਪਤਾਨ 6 ਮਹੀਨੇ ਪਹਿਲਾ ਟਰੈਕ ਤੁਹਾਡਾ ਆਇਆ ਸੀਗਾ ਗਨਸ ਐਂਡ ਗਟ, ਅਤੇ ਉਸ ਤੋਂ ਬਾਅਦ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਇਸ ਤਰ੍ਹਾਂ ਚੜ੍ਹਾਈ ਹੋ ਗਈ ਜਿਵੇਂ ਮਤਲਬ ਪੂਰੀ ਧੱਕ ਪਾਤੀ। ਵੈਲਕਮ ਟੂ ਕਨੈਕਟ FM। ਥੈਂਕ ਯੂ ਬ੍ਰੋ, ਤੁਹਾਡਾ ਬਹੁਤ ਬਹੁਤ ਥੈਂਕ ਯੂ ਮਣੀ ਵੀਰੇ ਅਤੇ ਕਨੈਕਟ FM ਦਾ ਮੈਨੂੰ ਇਨਵਾਈਟ ਕਰਨ ਲਈ ਅੱਜ ਦੀ ਕਨਵਰਸੇਸ਼ਨ ਵਾਸਤੇ। ਸੋ ਇਸ ਸਰੀ ਦੇ ਮੁੰਡੇ ਨੇ ਕਦੇ ਪਹਿਲਾਂ ਸੋਚਿਆ ਸੀਗਾ ਕਿ ਇਸ ਰੈਪ ਸਟਾਈਲ ਦੀ ਸਿੰਗਿੰਗ ਵੱਲ ਨੂੰ ਮੈਂ ਜਾਣਾ ਚਾਹੂੰਗਾ? ਮੈਂ ਰੈਪ ਸਟਾਈਲ ਵਾਲਾ ਨਹੀਂ ਸੋਚਿਆ ਸੀ ਬ੍ਰੋ ਪਰਟੀਕੁਲਰਲੀ ਵੀ ਮੈਂ ਰੈਪ ਸਟਾਈਲ ਹੀ ਜਾਣਾ ਚਾਹੁੰਦਾ ਜਾਂ ਆਹੀ ਇੱਕ ਸਟਰੀਮ ਫੜਨੀ ਆ। ਗਾਣੇ ਕਰਦੇ ਆਉਣਿਆਂ ਜਾਂ ਲਿਖਦਾ ਇਹਨੂੰ ਮੈਨੂੰ ਹੋ ਗਿਆ ਟਾਈਮ ਵੀ 8th ਤੋਂ ਆਪਾਂ ਜਦੋਂ ਲਿਖਣ ਲੱਗਿਆ ਸੀ ਮੈਂ ਅਸੀਂ ਉਦੋਂ ਤੋਂ ਬਣਾਉਂਦੇ ਹਾਂ, ਪਰ ਇਹ ਰੈਪ ਵਾਲਾ ਤਾਂ ਮੈਂ ਇੱਥੇ ਅੱਗੇ ਸਟਾਰਟ ਕੀਤਾ ਵੀ ਰੈਪ ਵਾਲਾ ਜ਼ੋਨ ਫੜ ਕੇ ਦੇਖਦੇ ਹਾਂ ਇੱਕ ਵਾਰ। ਕਿੱਥੋਂ ਇੰਸਪੀਰੇਸ਼ਨ ਆਈ ਰੈਪ ਸਟਾਈਲ ਦੀ? ਐਕਚੁਅਲ 'ਚ ਮੈਂ ਪਹਿਲਾਂ ਗਾਣਾ ਰੈਪ ਨਹੀਂ ਕਰਨਾ ਸੀ, ਉਹ ਗਾਣਾ ਉਹਦੀ ਜਿਹੜੇ ਹੈਗੇ ਸੀ ਵੀ ਇੱਕ ਟਿਊਨ 'ਚ ਸੀਗਾ ਹੈ ਨਾ ਉਹ ਸਾਰਾ ਗਾਣਾ, ਅਤੇ ਪਰ ਉਹਦੀ ਬੀਟ ਨੇ ਉਹਨੂੰ ਫਲੋ ਹੀ ਇੱਦਾਂ ਦਿੱਤਾ ਵੀ ਰੈਪ ਦਾ ਟੱਚ ਜਿਹਾ ਦਿੱਤਾ ਉਹਨੂੰ, ਫਿਰ ਉਹ ਦੁਬਾਰੇ ਜਦੋਂ ਅਸੀਂ ਰੀਟੇਕ ਕੀਤਾ ਉਹਦਾ ਗਾਣੇ ਦਾ ਵੋਕਲ ਕੀਤੇ, ਫਿਰ ਰੈਪ ਵਾਲਾ ਫਲੋ ਆਇਆ ਉਹਦੇ ਸਾਰਾ, ਫਿਰ ਉਹਦਾ ਰੈਪ ਸ਼ੁਰੂ ਕਰ ਲਿਆ ਆਪਾਂ ਵੀ ਰੈਪ ਕਰਦੇ। ਬੜਾ ਥਿਨ ਲਾਈਨ ਆਫ ਡਿਫਰੈਂਸ ਆ ਰੈਪ ਸਟਾਈਲ ਸਿੰਗਿੰਗ ਦੇ ਵਿੱਚ ਅਤੇ ਉੱਦਾਂ ਬੋਲਣ ਦੇ ਵਿੱਚ, ਉਹਦੇ ਵਿੱਚ ਉਹ ਵੀ ਇੱਕ ਕਲਾ ਹੈ, ਉਹ ਵੀ ਇੱਕ ਆਰਟ ਹੈ। ਕਿੱਦਾਂ ਤੁਸੀਂ ਉਹਨੂੰ ਨਿਭਾਉਂਦੇ ਹੋ, ਮਤਲਬ ਆਪਣੇ ਆਪ ਦੇ ਲਈ ਕੋਈ ਟ੍ਰੇਨਿੰਗ ਕੋਈ ਪ੍ਰੈਕਟਿਸ ਕਰਦੇ ਹੋ ਕਿ, ਕਿਉਂਕਿ ਰੈਪ ਸਿਰਫ ਬੋਲਣਾ ਨਹੀਂ ਹੈਗਾ, ਉਹਨੂੰ ਇੱਕ ਲਹਿਜ਼ੇ ਦੇ ਵਿੱਚ ਗਾਣਾ ਵੀ ਇੱਕ ਕਲਾ ਆ, ਉਹਦੇ ਲਈ ਤੁਸੀਂ ਕੀ ਟ੍ਰੇਨਿੰਗ ਕਰਦੇ ਹੋ ਜਾਂ ਕੀਤੀ ਆ ਤੁਸੀਂ ਹੁਣ ਤੱਕ? ਹਾਂਜੀ, ਰੈਪ ਵਾਲਾ ਕੋਈ ਸਪੈਸੀਫਿਕ ਤਾਂ ਨਹੀਂ ਮੈਂ ਕੀਤੀ ਵੀ ਹੈ ਨਾ ਵੀ ਆਪਾਂ ਆਖੀਏ ਵੀ ਮੈਂ ਕੁਛ ਟ੍ਰੇਨ ਕੀਤਾ ਜਾਂ ਮੈਂ ਕੁਛ ਸਿੱਖਿਆ ਕਿਤੋਂ ਵੀ ਰੈਪ ਇੱਦਾਂ ਕਰਨਾ, ਜਾਂ ਆਪਾਂ ਆਏ ਹਾਂ ਸੁਣਦੇ ਆਏ ਹਾਂ ਪਹਿਲਾਂ ਤੋਂ ਗਾਣੇ ਹੈ ਨਾ, ਪਹਿਲਾਂ ਇਸ ਤੋਂ ਪਹਿਲਾਂ ਚੱਲਦੇ ਹੁੰਦੇ ਹਨੀ ਸਿੰਘ ਵਰਗਿਆਂ ਦੇ ਗਾਣੇ ਚੱਲਦੇ ਹੁੰਦੇ ਸੀਗੇ, ਬਾਦਸ਼ਾਹ ਵਰਗਿਆਂ ਦੇ ਚੱਲਦੇ ਆ, ਅਤੇ ਉਹ ਪਰ ਦੇਸੀ ਟੱਚ 'ਚ ਨਹੀਂ ਕੁਛ ਆਇਆ ਹੈਗਾ ਵੀ ਉਹਨਾਂ ਦਾ ਇੱਕ ਅੱਡ ਜ਼ੋਨ ਆ ਬਾਦਸ਼ਾਹ ਦਾ, ਉਹ ਦਿੱਲੀ ਸਟਾਈਲ ਆ। ਮੈਨੂੰ ਚਾਹੀਦਾ ਸੀ ਵੀ ਕੁਛ ਪੰਜਾਬੀ ਟੱਚ ਹੋਵੇ ਅਤੇ ਵੀ ਜਿਹੜੀ ਜਮ੍ਹਾਂ ਪਿੰਡਾਂ ਵਾਲੀ ਲਿਖਤ ਹੋਵੇ, ਅਤੇ ਪਰ ਹੋਵੇ ਥੋੜ੍ਹਾ ਜਿਹਾ ਫਲੋ ਵਾਲਾ ਵੀ ਰੈਪ ਵਾਲਾ, ਜਿਹੜਾ ਵਰਡ ਸਾਰਿਆਂ ਨੂੰ ਸਮਝ ਆਉਣ। ਕਈ ਵਾਰੀ ਜਿਹੜੇ ਹੁੰਦੇ ਆ ਨਾ ਸਾਰਿਆਂ ਨੂੰ ਵਰਡਿੰਗ ਨਹੀਂ ਸਮਝ ਆਉਂਦੀ ਜਦੋਂ ਆਪਾਂ ਗਾਣੇ ਗਾਉਣ ਲੱਗ ਜਾਂਦੇ ਹਾਂ, ਫਿਰ ਮੈਂ ਸਿਰਫ ਰੈਪ ਤਾਂ ਚੂਜ਼ ਕੀਤਾ ਵੀ ਭਾਰੇ ਭਾਰੇ ਵਰਡ ਜਿਹੜੇ ਹੈਗੇ ਆ ਉਹ ਕਲੀਅਰਲੀ ਬੋਲਣੇ, ਅਗਲੇ ਨੂੰ ਸਮਝ ਆ ਜਾਣ ਵੀ ਇਹਨੇ ਆਹ ਸ਼ਬਦ ਆਖੇ ਆ, ਆਪਦੀ ਜਿਹੜੀ ਲਿਖਤ ਆ ਉਹ ਦਿਖਾਈ ਆਪਾਂ ਚੰਗੀ ਤਰ੍ਹਾਂ। ਜਿਹੜੀ ਲਿਖਤ ਆ ਉਹਦੇ ਵਿੱਚ ਅਰਬਨ ਟੱਚ ਤਾਂ ਨਹੀਂ ਹੈਗਾ, ਦੇਸੀ ਟੱਚ ਆ, ਪਰ ਇੰਟਰਨੈਸ਼ਨਲ ਟੱਚ ਆ। ਅਰਬਨ ਅਤੇ ਇੰਟਰਨੈਸ਼ਨਲ ਵਿੱਚ ਫਰਕ ਇਹ ਆ ਕਿ ਕਨੇਡਾ ਵਿੱਚ ਆ ਕੇ ਜਿਹੜਾ ਲਿਖਤ ਆ ਨਾ ਉਹ ਦਿੱਲੀ ਬੰਬੇ ਦੀ ਸਟਾਈਲ ਵਾਲੀ ਲਿਖਤ ਨਹੀਂ ਹੁੰਦੀ, ਸੋ ਉਹ ਟੱਚ ਤੁਸੀਂ ਮੰਨੋਗੇ ਕਿ ਹਾਂ ਮੈਂ ਕਨੇਡਾ ਦਾ ਟੱਚ ਜਾਂ ਇੱਕ ਇੰਟਰਨੈਸ਼ਨਲ ਵਾਲੇ ਜਿਹੜੇ NRI ਵਾਲਾ ਟੱਚ ਆ ਉਹ ਰੱਖਣਾ ਜ਼ਰੂਰੀ ਸੀਗਾ ਇਹਦੇ ਵਿੱਚ? ਟੱਚ ਬ੍ਰੋ ਉਹ ਮੈਂ ਰੱਖਿਆ ਨਹੀਂ ਹੈਗਾ ਵੀ ਮੈਂ ਆਪਦੀ ਚੋਇਸ ਨਾਲ ਨਹੀਂ ਰੱਖਿਆ ਹੈਗਾ, ਜਦੋਂ ਲਿਖਣ ਲੱਗੇ ਇੱਥੇ ਆ ਕੇ ਹੁਣ ਲਿਖਤ ਦਾ ਫਰਕ ਪੈਂਦਾ ਹੈ ਨਾ, ਹੁਣ ਇੱਥੇ ਆਇਆ ਨੂੰ 2.5-3 ਸਾਲ ਹੋ ਗਏ ਨੇ, ਤਾਂ ਤੁਹਾਡੀ ਵਰਡਿੰਗ 'ਚ ਫਰਕ ਪੈ ਜਾਂਦਾ, ਤੁਹਾਡੇ ਬੋਲਣ ਦੇ ਸਲੀਕੇ ਨਾਲ ਰਹਿਣ ਦੇ ਸਲੀਕੇ 'ਚ ਸਾਰੇ 'ਚ ਫਰਕ ਪੈ ਜਾਂਦਾ, ਫਿਰ ਉਹੀ ਸ਼ਬਦ ਜਿਹੜੇ ਮੈਂ ਬੋਲਦਾ ਨੋਰਮਲੀ ਕਿਸੇ ਨਾਲ ਗੱਲ ਕਰਦਾ ਉਹੀ ਮੈਂ ਗਾਣੇ 'ਚ ਲਿਖ ਲੈਂਦਾ। ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਆਏ ਨੂੰ? ਮੈਨੂੰ ਆਏ ਨੂੰ ਬ੍ਰੋ ਮੈਂ ਸੀ August 2018 'ਚ। ਅਤੇ ਆਉਣ ਤੋਂ ਬਾਅਦ ਤੁਸੀਂ ਕਿੱਦਾਂ ਸਟੱਡੀ ਕੀਤੀ, ਸਟੱਡੀ ਬੇਸ 'ਤੇ ਆਏ ਸੀਗੇ? ਹਾਂਜੀ ਹਾਂਜੀ, ਮੈਂ ਸਟੂਡੈਂਟ ਆਇਆ ਸੀਗਾ ਅਤੇ ਉਦੋਂ ਕੋਰਸ ਚੱਕੇ ਸੀਗੇ, ਉਦੋਂ ਥੋੜ੍ਹਾ ਟਾਈਮ ਪੜ੍ਹੇ ਫਿਰ ਹਟ ਗਏ ਵਿੱਚ ਦੀ, ਕੰਮ ਕਰਨੀ ਧਿਆਨ ਹੋ ਗਿਆ ਵੀ ਕੰਮ ਕਰਨਾ ਹੁਣ ਪੈਸੇ ਕਮਾਉਣੇ ਜਿਵੇਂ ਸਾਰਿਆਂ ਨੂੰ ਹੁੰਦਾ ਹੈ ਨਾ, ਫੀਸ ਅਗਲੀ ਕੱਢੀਏ, ਫਿਰ ਫੀਸਾਂ ਕੱਢਣ 'ਚ ਇੰਨੇ ਬਿਜ਼ੀ ਹੋ ਗਏ, ਫਿਰ ਉਹ ਅਗਲਾ ਸੈਮ ਸਹੀ ਤਰ੍ਹਾਂ ਨਹੀਂ ਪੜ੍ਹੇ, ਇੱਦਾਂ ਇੱਦਾਂ ਕਰਦੇ ਡਰੋਪ ਡਿੱਗਦੇ ਢਹਿੰਦੇ ਕਰਦੇ ਰਹੇ ਆਪਾਂ ਕੋਰਸ, ਡਿੱਗਦੇ ਢਹਿੰਦੇ ਤੁਸੀਂ ਲਿਖਣ ਨੂੰ ਲੱਗ ਪਏ। ਹਾਂਜੀ ਹਾਂਜੀ ਹਾਂਜੀ, ਇੰਨੀ ਪਾਪੂਲੈਰਿਟੀ ਹੋ ਗਈ? ਹਾਂਜੀ, ਜਦੋਂ ਮੈਂ ਵਿੱਚ ਦੀ ਆਹ ਬ੍ਰੇਕ ਸੀਗੀ ਜਦੋਂ ਮੈਂ ਮਤਲਬ ਕੰਮ ਨਹੀਂ ਕਰਦਾ, ਜਦੋਂ ਮੈਂ ਕਾਲਜ ਨਹੀਂ ਜਾਂਦਾ ਹੁੰਦਾ ਸੀਗਾ,
ਉਦੋਂ ਮੈਂ ਵਿੱਚ ਦੀ ਬਣਾਇਆ ਸੀਗਾ, ਪੇਜ ਬਣਾ ਲਿਆ ਸੀਗਾ ਇੰਸਟਾਗ੍ਰਾਮ 'ਤੇ, ਮੈਂ ਕਿਹਾ ਸਟੂਡੈਂਟਾਂ ਦੀ ਹੈਲਪ ਕਰਨ ਨੂੰ ਆਪਾਂ ਪੇਜ ਬਣਾਉਂਦੇ ਹਾਂ ਸਰੀ ਪਿੰਡ ਮਿੱਤਰਾਂ ਦਾ, ਅਤੇ ਉੱਥੇ ਫਿਰ ਮੇਰੇ ਨਾਲ ਵਾਹਵਾ ਜਣੇ ਐਡ ਹੋਏ ਹੈ ਨਾ, ਅਤੇ ਉਹ ਆਡੀਅੰਸ ਬੇਸ ਇੱਕ ਆਪਦਾ ਬਣ ਗਿਆ ਵੀ ਇਹ ਸਾਰੇ ਜਣੇ ਆਪਾਂ ਨੂੰ ਸੁਣਦੇ ਆ, ਆਪਾਂ ਇਹਨਾਂ ਨਾਲ ਗੱਲ ਕਰ ਸਕਦੇ ਹਾਂ। ਵੀ ਮੇਰਾ ਆਪਦਾ ਕੋਈ ਸਰਕਲ ਹੈ ਨਹੀਂ ਸੀ ਦੋਸਤਾਂ ਦਾ ਜਿਵੇਂ ਆਪਣੇ ਸਾਰਿਆਂ ਦੇ ਇੱਥੇ ਹੁੰਦੇ ਆ ਮੁੰਡਿਆਂ ਦਾ, ਮੈਂ ਉਵੇਂ ਘੱਟ ਰਿਹਾ ਸਰਕਲਾਂ 'ਚ, ਅਤੇ ਵੀ ਮੇਰੇ ਕੋਲ ਇੱਕ ਆਡੀਅੰਸ ਬੇਸ ਸੀਗਾ ਵੀ ਮੈਂ ਇਹਨਾਂ ਨਾਲ ਗੱਲਬਾਤ ਕਰਨੀ ਆ, ਇਹਨਾਂ ਤੋਂ ਪੁੱਛਣਾ ਵੀ ਕੀ ਸਿਸਟਮ ਆ। ਫਿਰ ਮੈਂ ਉੱਥੇ ਇੱਕ ਦੋ ਵਾਰੀ ਸੁਣਾਇਆ ਲਾਈਵ ਲੂਵ 'ਚ ਗਾਣਾ, ਅਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਪਾਸ ਆ ਬਸ। ਮੈਨੂੰ ਇਹੀ ਹੁੰਦਾ ਵੀ ਜਦੋਂ ਮੇਰੇ ਨਾਲ ਦੇ ਨੂੰ ਪਸੰਦ ਆ ਚੀਜ਼ ਫਿਰ ਆਪਾਂ ਕਰਦੇ ਹਾਂ। ਪੋਪੂਲੈਰਿਟੀ ਦੀ ਗੱਲ ਹੋ ਰਹੀ ਸੀਗੀ, ਕਪਤਾਨ ਨਾਮ ਤੋਂ ਤੁਹਾਡੀ ਪੋਪੂਲੈਰਿਟੀ ਬਣੀ ਹੋਈ ਹੈ, ਇਸ ਨਾਮ ਦਾ ਰਾਜ਼ ਕੀ ਹੈ, ਇਹ ਨਾਮ ਕਿਉਂ? ਇਹ ਨਾਮ ਬ੍ਰੋ ਮੇਰਾ ਨਾਮ ਕੁਛ ਹੋਰ ਆ, ਅਸਲ ਵਾਲਾ ਨਾਮ ਕੁਛ ਹੋਰ ਆ, ਅਤੇ ਮੈਨੂੰ ਨਾਮ ਕੁਛ ਚਾਹੀਦਾ ਸੀ, ਕੋਈ ਇੱਦਾਂ ਦਾ ਹੋਵੇ ਵੀ ਨਾਮ ਸੁਣ 'ਚ ਥੋੜ੍ਹਾ ਲੱਗੇ ਵੀ ਬੰਦਾ ਕੁਛ ਹੈ ਇਹ ਅੱਡ ਦਾ, ਵੀ ਨਾਮ ਸਾਰਿਆਂ ਨਾਲੋਂ ਵੱਖਰਾ ਹੋਵੇ। ਅਤੇ ਕਪਤਾਨ ਵਰਡ ਮੈਨੂੰ ਮਿਲਿਆ ਸੀਗਾ, ਪਹਿਲਾਂ ਮੈਂ ਕੈਪਟਨ ਸੋਚਦਾ ਹੁੰਦਾ ਕੈਪਟਨ ਰੱਖਾਂਗੇ, ਫਿਰ ਕੈਪਟਨ ਤੋਂ ਕਪਤਾਨ ਕਰਤਾ ਮੈਂ ਉਹਦਾ ਮੂਵ। ਅਤੇ ਮੈਂ 9th 'ਚ ਆਪਦਾ ਨਾਮ ਕੇਰਾਂ, ਮੈਂ ਆਪਦੇ ਕੜੇ 'ਤੇ ਖੜਾ ਕੇ ਲਿਆਇਆ ਸੀਗਾ, ਵੀ ਉਦੋਂ ਨਾਮਾਂ ਦਾ ਬਹੁਤ ਟ੍ਰੈਂਡ ਹੁੰਦਾ ਸੀ ਇੰਡੀਆ, ਵੀ ਕੜੇ 'ਤੇ ਨਾਮ ਲਿਖਾ ਕੇ ਲਿਆਉਣਾ। ਮੈਂ ਕਪਤਾਨ ਵਾਲਾ ਲਿਖਾ ਕੇ ਲਿਆਇਆ ਸੀਗਾ, ਘਰਦਿਆਂ ਨੇ ਵੀ ਪੁੱਛਿਆ ਵੀ ਤੇਰਾ ਨਾਂ ਤਾਂ ਵੀ ਆਹ, ਅਤੇ ਤੂੰ ਕਪਤਾਨ ਕਾਹਤੋਂ ਲਿਖਾਈ ਬੈਠਾ? ਫਿਰ ਮੈਂ ਕਿਹਾ ਵੀ ਚਲੋ ਮੈਂ ਪਾਉਣਾ ਹੁੰਦਾ ਹੈ ਨਾ, ਮੈਨੂੰ ਸੋਹਣਾ ਲੱਗਦਾ। ਫਿਰ ਹੌਲੀ ਹੌਲੀ ਮੈਂ ਆਪਦੀਆਂ ਆਈਡੀਆਂ ਦੇ ਨਾਮ ਚੇਂਜ ਕਰਤੇ ਸੀਗੇ ਸਾਰੇ, ਜਿਹੜਾ ਉਹਦੇ ਫੇਸਬੁੱਕ ਦੀ ਆਈਡੀ ਹੁੰਦੀ ਆ, ਅਤੇ ਇੱਦਾਂ ਇੱਦਾਂ। ਫਿਰ ਜਿਹੜੇ ਮੈਨੂੰ ਨਹੀਂ ਜਾਣਦੇ ਸੀ, ਜਿਹੜੇ ਨਵੇਂ ਨਵੇਂ ਮੇਰੇ ਨਾਲ ਲੋਕ ਸਾਰੇ ਇੰਟਰੈਕਟ ਕਰਦੇ ਰਹੇ, ਉਹ ਮੈਨੂੰ ਕਪਤਾਨ ਦੇ ਨਾਮ ਨਾਲ ਜਾਣਦੇ ਰਹੇ। ਆਮ ਪ੍ਰੀਟੀ ਸ਼ੋਰ ਤੁਹਾਨੂੰ ਪਤਾ ਇਸ ਨਾਮ ਦਾ ਇੱਕ ਹੋਰ ਲਿਰਿਸਿਸਟ, ਇੱਕ ਰਾਈਟਰ ਮੌਜੂਦ ਹੈ ਇੰਡਸਟਰੀ ਦੇ ਵਿੱਚ। ਐਕਚੁਲੀ ਜਿਹੜਾ ਕਪਤਾਨ, ਉਹ ਦੋ ਮੁੰਡੇ ਆ ਮੈਂ ਜਾਣਦਾ ਉਹਨਾਂ ਨੂੰ, ਉਹ ਵੀ ਮੇਰੇ ਨੋਨ 'ਚੋਂ ਨੇ, ਉਹ ਸਾਡੇ ਏਰੀਏ ਦੇ ਆ, ਬਠਿੰਡੇ ਵੱਲ ਦੇ ਆ ਮੁੰਡੇ। ਅਤੇ ਉਹਨਾਂ ਦੀ ਲਿਖਤ ਹੈਗੀ, ਉਹ ਡਿਊਟ ਗਾਣੇ ਜ਼ਿਆਦਾ ਕਰਦੇ ਆ, ਜਾਂ ਉਹਨਾਂ ਦਾ ਕੰਮ ਹੈ ਸਿਰਫ ਲਿਖਦੇ ਆ, ਹੈ ਨਾ। ਅਤੇ ਜਦੋਂ ਅਸੀਂ ਨਾਮ ਬਣਾਇਆ ਸੀਗਾ, ਜਦੋਂ ਮੈਂ ਨਾਮ ਰੱਖਿਆ ਹੋਇਆ ਸੀ ਆਪਦਾ, ਉਦੋਂ ਬਾਅਦ ਉਹਨਾਂ ਨੇ ਸ਼ੁਰੂ ਕੀਤਾ ਇਹ ਲਿਖਤ ਵਾਲਾ। ਅਤੇ ਉਦੋਂ ਫਿਰ ਮੈਨੂੰ ਆਇਆ ਸੀ, ਮੈਂ ਕਿਹਾ ਵੀ ਇਹਨਾਂ ਨੇ ਲਿਖਣਾ ਅਤੇ ਮੈਂ ਆਪਦਾ ਗਾਉਣ ਵਾਲਾ। ਫਿਰ ਮੈਂ ਨਾਮ ਪਹਿਲਾਂ ਸੋਚਦਾ ਸੀ ਬਦਲ ਲੂੰਗਾ, ਪਰ ਬਾਅਦ 'ਚ ਮੈਂ ਕਿਹਾ ਨਹੀਂ, ਆਪਾਂ ਕਪਤਾਨ ਹੀ ਰੱਖਣਾ। ਅਸਲ ਵਿੱਚ ਨਾਮ ਕੀ ਹੈ? ਨਾਮ ਹੈ, ਉਹ ਦੱਸਾਂਗੇ ਜ਼ਰੂਰ ਕਿਸੇ ਟਾਈਮ 'ਤੇ, ਅਗਲੀ ਵਾਰੀ ਜਦੋਂ ਆਪਾਂ ਮਿਲੇ ਉਦੋਂ ਮੈਂ ਜ਼ਰੂਰ ਦੱਸ ਕੇ ਜਾਊਂਗਾ। ਪਰ ਫਿਲਹਾਲ ਲਈ ਮੈਂ ਕਪਤਾਨ ਨੂੰ ਥੋੜ੍ਹਾ ਜਿਹਾ, ਕਿਉਂਕਿ ਮੇਰੀ ਆਪਦੀ ਇੱਛਾ ਸੀ ਕਪਤਾਨ ਦਾ ਨਾਮ, ਵੀ ਕਪਤਾਨ ਸਾਰਿਆਂ ਨੂੰ ਜਾਣਦੇ ਹੋਣ ਵੀ ਕਪਤਾਨ ਨਾਂ ਦਾ ਮੁੰਡਾ ਇਹ, ਅਤੇ ਮੈਂ ਫਿਲਹਾਲ ਲਈ ਕਪਤਾਨ ਨੂੰ ਹੀ ਅੱਗੇ ਪ੍ਰਾਇਓਰਟੀ ਦੇਣਾ ਚਾਹੁੰਦਾ। ਕਿੱਥੋਂ ਹੈ ਕਪਤਾਨ, ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦਾ? ਤੁਸੀਂ ਹੁਣੇ ਮੈਂਸ਼ਨ ਕੀਤਾ ਤੁਸੀਂ ਬਠਿੰਡੇ ਤੋਂ। ਬਠਿੰਡਾ ਏਰੀਆ ਮੇਰਾ ਅਤੇ ਗੋਨਿਆਂ ਵਾਲਾ ਪਿੰਡ ਆ ਮੇਰਾ। ਕੈਨੇਡਾ ਆ ਕੇ ਕਿੰਨਾ ਕੁ ਸਟਰਗਲ ਹੋਇਆ ਅਸਲ ਦੇ ਵਿੱਚ? ਤੁਸੀਂ ਮਾੜਾ ਜਿਹਾ ਦੱਸਿਆ, ਤੁਸੀਂ ਆ ਕੇ ਪੜ੍ਹਾਈ ਸ਼ੁਰੂ ਕੀਤੀ, ਪਰ ਉਸ ਤੋਂ ਬਾਅਦ ਫੀਸਾਂ ਦੇ ਚੱਕਰ 'ਚ ਪੈ ਗਏ, ਕਮਾਈਆਂ ਦੇ ਚੱਕਰਾਂ 'ਚ। ਜਿੱਦਾਂ ਨੋਰਮਲ ਸਟੂਡੈਂਟਾਂ ਦੀ ਲਾਈਫ ਇੱਥੇ ਜਾਂਦੀ ਹੈ, ਇੰਟਰਨੈਸ਼ਨਲ ਸਟੂਡੈਂਟ ਦੀ, ਵੀ ਇੰਡੀਆ ਤੋਂ ਆਉਣਾ ਆਪਾਂ, ਵੀ ਕੇਰਾਂ ਘਰਦਿਆਂ ਨੇ ਇੱਕ ਸੈਮ ਦੀ ਫੀਸ ਭਰਤੀ ਆ। ਜਿਹੜੇ ਇੱਕ ਨੋਰਮਲ ਫੈਮਿਲੀ 'ਚ ਆਉਂਦਾ ਸਟੂਡੈਂਟ, ਮੈਂ ਉਤਲਿਆਂ ਦੀ ਨਹੀਂ ਗੱਲ ਕਰਦਾ, ਉਵੇਂ ਨਹੀਂ ਮੈਂ ਚੱਲ ਰਿਹਾ, ਪਰ ਜਿਹੜਾ ਨੋਰਮਲ ਆਊਗਾ ਉਹਨੂੰ ਹਮੇਸ਼ਾ ਹੁੰਦਾ ਵੀ ਮੈਂ ਆਪਦੇ ਘਰਦਿਆਂ ਨੂੰ ਤੰਗ ਨਾ ਕਰਾਂ ਦੁਬਾਰੇ, ਹੁਣ ਇੱਕ ਵਾਰੀ ਉਹਨਾਂ ਨੇ ਇੰਨੀ ਦੂਰੋਂ ਮੈਨੂੰ ਭੇਜਿਆ ਅਤੇ ਮੈਂ ਆਪਦੀ ਫੀਸ ਕੱਢਾਂ। ਨੋਰਮਲ ਸਟਰਗਲ ਸੀਗਾ ਵੀ ਆਪਦਾ ਕੰਮ ਕਰਨਾ, ਵੀ ਠੀਕ ਹੈ ਕੱਢ ਲਾਂਗੇ ਕੱਢ ਲਾਂਗੇ। ਪਰ ਮੈਂ ਆਪਦੀ ਗਲਤੀ ਮੰਨਦਾ, ਜਾਂ ਮੈਂ ਸਾਰਿਆਂ ਨੂੰ ਸੁਜੈਸਟ ਵੀ ਕਰਨਾ ਚਾਹੁੰਦਾ ਵੀ ਕਦੇ ਵੀ ਐਂ ਵੀ ਨਾ ਚੱਲੋ ਵੀ ਤੁਸੀਂ ਕੰਮ ਕਰਕੇ ਅਗਲੀ ਫੀਸ ਕੱਢਣੀ ਹੈ, ਫਿਰ ਆਪਣੀ ਜਿਹੜੀ ਮੌਕੇ 'ਤੇ ਚੱਲ ਰਹੀ ਹੁੰਦੀ ਆ ਉਹ ਵੀ ਖਰਾਬ ਹੋ ਜਾਂਦੀ ਹੈ ਕਈ ਵਾਰੀ। ਤੁਹਾਡੇ ਰੀਸੈਂਟਲੀ ਗਾਣਾ ਰਿਲੀਜ਼ ਹੋਇਆ 30 ਮਾਰ ਖਾਨ। ਹਾਂਜੀ ਹਾਂਜੀ। ਬੇਸਿਕਲੀ ਸਰੀ ਦੇ ਵਿੱਚ ਇਸ ਤਰ੍ਹਾਂ ਦੀ ਸਿੰਗਿੰਗ ਵਾਲੇ ਹੋਰ ਵੀ ਕਈ ਨਾਮ ਨੇ, ਅਤੇ ਕਾਫੀ ਪਾਪੂਲਰ ਨਾਮ ਹੈਗੇ ਨੇ, ਸੁਲਤਾਨ ਅਤੇ ਨਸੀਬ ਦੀ ਅਕਸਰ ਗੱਲ ਹੁੰਦੀ ਹੈ, ਅਤੇ ਹੁਣ ਕਪਤਾਨ ਵੀ ਹੈ। ਪੰਜਾਬੀ ਇੰਡਸਟਰੀ ਦਾ ਤੁਹਾਨੂੰ ਲੱਗਦਾ ਇਹ ਫਿਊਚਰ ਹੈ ਇਸ ਤਰ੍ਹਾਂ ਦੀ ਸਿੰਗਿੰਗ ਦਾ? ਹਰੇਕ ਇੱਕ ਜਨਰੇਸ਼ਨ 'ਚ ਇੱਕ ਲੈਅ ਹੁੰਦੀ ਹੈ ਇੱਕ ਗਾਇਕੀ ਦੀ, ਹੈ ਨਾ। ਆਪਣੇ ਨਾਲ ਜਿਹੜੇ ਸਾਡੇ ਨਾਲ ਪਹਿਲਾਂ ਹੁਣ ਘਰ ਦੇ ਜਾਂ ਮੇਰੇ ਪੇਰੈਂਟਸ ਹੁੰਦੇ ਰਹੇ ਆ, ਉਹ ਹੋਰ ਹਿਸਾਬ ਦਾ ਮਿਊਜ਼ਿਕ ਹੁੰਦਾ ਸੀਗਾ। ਹੁਣ ਆਪਾਂ ਆਏ ਹਾਂ, ਹੁਣ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਰੈਪ ਸਟਾਈਲ ਚੱਲ ਰਹੇ ਆ, ਹੁਣ ਸਾਰੇ ਜਾਣੇ ਇਹਨੂੰ ਪ੍ਰਾਇਓਰਟੀ ਦੇ ਰਿਹਾ। ਮੈਂ ਐਂ ਵੀ ਨਹੀਂ ਕਹਿੰਦਾ ਵੀ ਇੱਦਾਂ ਦੇ ਆਉਣੇ ਨਹੀਂ ਹੈਗੇ, ਗਾਣੇ ਹਰੇਕ ਤਰ੍ਹਾਂ ਦੇ ਆਉਂਦੇ ਰਹਿਣਗੇ, ਪਰ ਸ਼ਾਇਦ ਹੁਣ ਰਿਵਰਸ ਹੋ ਰਿਹਾ ਜਾਂ ਇੱਧਰਲੇ ਪਾਸੇ ਨੂੰ ਜਾ ਰਿਹਾ ਸਾਰੇ ਜਾਣੇ, ਵੀ ਹੁਣ ਥੋੜ੍ਹਾ ਜਿਹਾ ਰੈਪ ਕਰਨੀ ਜ਼ਿਆਦਾ ਧਿਆਨ ਦਿੰਦੇ ਆ। ਤੁਹਾਨੂੰ ਲੱਗਦਾ ਕਿ ਗਾਣਿਆਂ ਦੀ ਲਾਈਫ ਬਹੁਤ ਛੋਟੀ ਰਹਿ ਗਈ? ਹਾਂਜੀ ਹਾਂਜੀ ਹਾਂਜੀ, ਗਾਣਿਆਂ ਦੀ ਲਾਈਫ ਛੋਟੀ ਰਹਿ ਗਈ ਆ, ਇਹ ਤਾਂ ਪਤਾ। ਉਹ ਰਹਿਣ ਦਾ ਰੀਜ਼ਨ ਇਹ ਆ ਵੀ ਕਿਉਂਕਿ ਹੁਣ ਇੱਕ ਦਿਨ 'ਚ, ਜਿਵੇਂ ਪਹਿਲਾਂ ਹੁੰਦਾ ਸੀਗਾ, ਪਹਿਲਾਂ ਬਹੁਤ ਹੀ ਘੱਟ ਆਰਟਿਸਟ ਹੁੰਦੇ ਸੀਗੇ, ਉਹਨਾਂ ਨੇ ਗਾਣਾ ਕਰਨਾ, ਸਾਰਿਆਂ ਨੂੰ ਵੇਟ ਹੁੰਦੀ ਸੀ, ਹੈ ਨਾ, ਵੀ ਉਹਨਾਂ ਦਾ ਜਦੋਂ ਗਾਣਾ ਆਊਗਾ ਆਪਾਂ ਸੁਣਾਂਗੇ। ਹੁਣ ਇੱਕ ਦਿਨ 'ਚ ਘੱਟੋ ਘੱਟ ਆਪਣੇ 50 ਜਾਂ 100 ਗਾਣਾ, ਇਦੋਂ ਵੱਧ ਹੀ ਆਉਂਦਾ ਹੋਊਗਾ, ਮੈਨੂੰ ਐਗਜੈਕਟ ਨੰਬਰ ਵੀ ਨਹੀਂ ਪਤਾ ਹੈਗਾ। ਫਿਰ ਉਹ ਇੱਕ ਵਾਰੀ ਕਿਸੇ ਨੇ ਸੁਣ ਲਿਆ, ਜੇ ਕੁਛ ਵਧੀਆ ਲੱਗਿਆ ਕਿਸੇ ਨੂੰ, ਉਹ ਉਹਨੂੰ ਰਿਪੀਟ 'ਤੇ ਸੁਣਦਾ ਰਹਿੰਦਾ, ਵੀ ਇੱਥੇ ਲੱਕ ਵੀ ਕੰਮ ਕਰਦਾ, ਬਾਕੀ ਤੁਹਾਡੇ 'ਤੇ ਜੇ ਤੁਸੀਂ ਕੁਛ ਲਿਖਿਆ ਜਾਂ ਤੁਸੀਂ ਗਾਇਆ ਵਧੀਆ ਤਾਂ ਉਹ ਵੀ ਕੰਮ ਕਰਦਾ। ਗਾਣਾ ਕੱਢਣ ਦੀ ਕੋਈ ਸੋਚਦਾ ਆ, ਕਿੰਨਾ ਕੁ ਸੌਖਾ ਹੋ ਗਿਆ ਪਰ ਹਲੇ ਵੀ ਕਿੰਨਾ ਕੁ ਔਖਾ? ਕਿਉਂਕਿ ਪਹਿਲਾਂ ਸੀਗਾ ਕੈਸਟਾਂ ਕੱਢਣੀਆਂ, ਫਿਰ ਸੀਡੀਆਂ ਕੱਢਣੀਆਂ,
ਪਹਿਲਾਂ ਨਾਲੋਂ ਹੁਣ ਸੌਖਾ ਬਰੋ, ਜਿਵੇਂ ਜਿਵੇਂ ਆਪਣੀ ਆਪਾਂ ਅੱਗੇ ਵੱਧ ਰਹੇ ਹਾਂ, ਐਡਵਾਂਸਮੈਂਟ ਹੋ ਰਹੀ ਆ, ਮੈਂ ਕਹਿਣਾ ਹੁਣ ਬਹੁਤ ਸੌਖਾ। ਪਹਿਲਾਂ ਵਾਲੇ ਹੁਣ ਜੇ ਗਾਇਕੀ 'ਚ ਹੁੰਦੇ ਤਾਂ ਅੱਜ ਇੰਨੇ ਆਰਟਿਸਟ ਨਹੀਂ ਹੋਣੇ ਸੀਗੇ। ਪਹਿਲਾਂ ਵਾਂਗੂ ਜੇ ਟੈਲੈਂਟ ਹੁੰਦਾ ਵੀ ਹਾਂ ਆਪਾਂ ਹੇਕਾਂ ਲਾਉਣੀਆਂ ਨੇ ਤਾਂ ਫਿਰ ਸਾਰਿਆਂ ਤੋਂ ਹੇਕ ਨਹੀਂ ਲੱਗਦੀ। ਪਰ ਹੁਣ ਦਾ ਟੈਲੈਂਟ ਹੋਰ ਆ, ਪਹਿਲਾਂ ਹੋਰ ਟੈਲੈਂਟ ਸੀਗਾ, ਹੁਣ ਆਵਾਜ਼ ਦੇ ਨਾਲ ਬਹੁਤ ਸਾਰੀਆਂ ਵੇਰੀਏਸ਼ਨਸ ਆ ਗਈਆਂ ਨੇ। ਜਿਵੇਂ ਹੁਣ ਰੈਪ ਸਟਾਈਲ ਸਿੰਗਿੰਗ, ਸ਼ਾਇਦ ਉਸ ਟਾਈਮ 'ਤੇ ਕੋਈ ਸੋਚ ਵੀ ਨਹੀਂ ਸਕਦਾ, ਪਤਾ ਨਹੀਂ ਐਕਸੈਪਟ ਕਰਦਾ ਵੀ ਕੋਈ ਕਿੰਨਾ, ਪਰ ਹੁਣ ਐਕਸੈਪਟ ਅਤੇ ਐਕਸੈਪਟ ਤੋਂ ਉੱਪਰ ਉਹਨੂੰ ਲਾਈਕ ਵੀ ਕਰ ਰਹੇ ਆ। ਪਰ ਕਿਉਂਕਿ ਹੁਣ ਸੌਖਾ ਹੋ ਗਿਆ ਅਤੇ ਹੁਣ ਬਹੁਤ ਸਾਰੇ ਸਿੰਗਰਸ, ਬਹੁਤ ਸਾਰੇ ਆਰਟਿਸਟ ਆ ਗਏ ਨੇ, ਇਹ ਵਧੀਆ ਗੱਲ ਹੈ ਕਿ ਮਾੜੀ ਗੱਲ ਹੈ ਵੀ ਇਹਦੇ ਨਾਲ ਕੰਪੀਟੀਸ਼ਨ ਵੀ ਹੋ ਗਿਆ ਅਤੇ ਇਹਦੇ ਨਾਲ ਸਿੰਗਰਸ ਦੀ ਲਾਈਫ ਵੀ ਜਿਹੜੀ ਆ ਇੰਡਸਟਰੀ ਦੇ ਵਿੱਚ ਉਹ ਵੀ ਘੱਟ। ਇੱਦਾਂ ਬਰੋ ਵੀ ਬਹੁਤ ਸਾਰੇ ਆਰਟਿਸਟ ਆਉਣ ਨਾਲ ਜਿਹੜੇ ਗਾਣਿਆਂ ਦਾ ਲਾਈਫ ਟਾਈਮ ਉਹ ਘੱਟ ਗਿਆ, ਪਰ ਇੱਥੇ ਇਹ ਵੀ ਹੈਗਾ ਵੀ ਆਪਾਂ ਨੂੰ ਕਿੰਨੇ ਤਰ੍ਹਾਂ ਦੀ ਸੋਚ ਸੁਣਨ ਨੂੰ ਮਿਲਦੀ ਆ, ਹੈ ਨਾ, ਕਿੰਨੇ ਤਰ੍ਹਾਂ ਦੇ ਗਾਣੇ ਮਿਲਦੇ ਆ, ਕਿੰਨੇ ਤਰ੍ਹਾਂ ਦਾ ਟੇਸਟ ਮਿਲਦਾ ਵੀ ਇੱਕ ਦਿਨ 'ਚ। ਹੁਣ ਕਿੱਥੇ ਆਪਾਂ ਨੂੰ ਉਹੀ ਟੇਸਟ ਮਿਲਣਾ ਇੱਕ ਪਰਟੀਕੁਲਰ ਆਰਟਿਸਟ ਤੋਂ, ਕਿੱਥੇ ਹੁਣ ਆਪਾਂ ਰੋਜ਼ ਸੁਣਦੇ ਰਹਿੰਦੇ ਹਾਂ ਵੀ ਕਿਸੇ ਨੇ ਕੋਈ ਗਾਣਾ ਕੱਢਿਆ, ਕਿਸੇ ਨੇ ਕੋਈ ਗਾਣਾ ਕੱਢਿਆ, ਤਾਂ ਫਿਰ ਉਹ ਵੀ ਹੈ। ਤੁਸੀਂ ਹੁਣ ਮੈਂਸ਼ਨ ਕੀਤਾ ਹੁਣ ਥੋੜ੍ਹਾ ਸੌਖਾ ਹੋ ਗਿਆ ਗਾਣਾ ਰਿਲੀਜ਼ ਕਰਨਾ, ਤੁਹਾਨੂੰ ਤੁਹਾਡੇ ਲਈ ਕਿੰਨਾ ਸੌਖਾ ਸੀਗਾ ਜਾਂ ਤੁਹਾਡੇ ਲਈ ਔਖਾ ਸੀਗਾ ਗਾਣਾ ਕੱਢਣਾ ਜਦੋਂ ਤੁਸੀਂ ਪਹਿਲਾਂ ਗਾਣਾ ਆਪਣਾ ਗਨਸ ਐਂਡ ਗਟਸ ਕੱਢਿਆ ਸੀਗਾ? ਗਨਸ ਐਂਡ ਗਟਸ ਕੱਢਣ ਦਾ ਰੀਜ਼ਨ ਬਰੋ, ਅੱਛਾ ਇਹ ਗਾਣਾ ਕੱਢਣ ਦਾ ਮੈਂ ਤੁਹਾਨੂੰ ਸਟੋਰੀ ਦੱਸਦਾ ਵੀ ਮੈਂ ਕਿਉਂ ਕੱਢਿਆ ਸੀ ਜਾਂ ਕਿਵੇਂ ਸਾਡਾ ਬਣਿਆ ਇਸ ਬਾਬੇ ਦਾ। ਅਸੀਂ ਲਾਈਵ 'ਤੇ ਬੈਠੇ ਹਾਂ ਅਤੇ ਮੈਂ ਇੱਕ ਦਿਨ ਲਾਈਵ 'ਚ ਦੇਖਿਆ ਨਾ ਉੱਥੇ ਮਿਊਜ਼ਿਕ ਵਾਲੇ ਵੀ ਕੰਟੈਕਟ ਮੀ ਇਫ ਸਮਵਨ ਵਾਂਟਸ ਟੂ ਗੈਟ ਦਾ ਮਿਊਜ਼ਿਕ ਡਨ, ਅਤੇ ਕਿਸੇ ਨੇ ਉਹਦੇ ਥੱਲੇ ਕਮੈਂਟ ਕੀਤਾ ਹੋਇਆ ਸੀ ਲਾਈਵ 'ਚ ਮੇਰੇ 'ਚ। ਮੇਰੇ ਉਹੀ ਖਿਆਲ ਆਇਆ ਕਿਉਂਕਿ ਲਿਖਦੇ ਬਹੁਤ ਪਹਿਲਾਂ ਤੋਂ ਆਉਣਾ ਇੰਡੀਆ ਤੋਂ, ਅਤੇ ਮੈਂ ਕਿਹਾ ਚੱਲ ਇਹਨਾਂ ਕੰਟੈਕਟ ਕਰਦੇ ਬਾਈ ਨਾਲ, ਮੈਂ ਦੁਬਾਰੇ ਪਾਤੀ ਉੱਤੇ ਐਡ ਪਾਤੀ, ਮੈਂ ਕਿਹਾ ਐਨੀ ਮਿਊਜ਼ਿਕ ਡਾਇਰੈਕਟਰਸ ਔਨ ਦਿਸ ਪੇਜ, ਸਰੀ ਪਿੰਡ ਮਿੱਤਰਾਂ ਦੇ 'ਤੇ ਪਾਈ ਸੀ ਕਿਉਂਕਿ ਉਹ ਸਰੀ ਵਾਲੇ ਬਹੁਤ ਜਾਣੇ ਆ ਉਹਨੂੰ ਫੋਲੋ ਕਰਦੇ ਆ, ਬਹੁਤ ਨਵਾਂ ਟੈਲੈਂਟ ਉੱਥੇ ਮਿਲ ਜਾਂਦਾ ਆਪਾਂ ਨੂੰ। ਅਤੇ ਉੱਥੇ ਮੈਨੂੰ ਆਏ ਬਾਬਾ ਜਾਣਾ ਦੇ ਰਿਸਪੋਂਸ ਆਏ, ਅਤੇ ਇੱਕ ਨਵਾਂ ਮੁੰਡਾ ਸੀਗਾ ਫੋਰ ਮੈਨ ਜਿਹਨੇ ਉਹਦਾ ਮਿਊਜ਼ਿਕ ਕੀਤਾ, ਅਤੇ ਅਸੀਂ ਉਹਦੇ ਘਰ ਬੈਠੇ ਅਤੇ ਆਪਾਂ ਬਣਾਇਆ ਗਾਣਾ ਤਿਆਰ ਕੀਤਾ। ਕਰਨ ਦਾ ਕੋਈ ਇਰਾਦਾ ਨਹੀਂ ਸੀ, ਉਹ ਵੀ ਨਵਾਂ ਸੀਗਾ, ਮੈਂ ਕੋਈ ਨਾਮ ਵਾਲੇ ਦੇ ਪਿੱਛੇ ਨਹੀਂ ਗਿਆ, ਹੈ ਨਾ, ਵੀ ਮੈਂ ਤਾਂ ਵੀ ਬਹੁਤ ਨਾਮੀ ਇੱਥੇ ਹੈਗੇ ਮਿਊਜ਼ਿਕ ਵਾਲੇ, ਮੈਂ ਤਾਂ ਉਹ 'ਤੇ ਗਰੋਂ ਸ਼ਾਇਦ ਤਾਂ ਹੀ ਆਪਣਾ ਗਾਣਾ ਚੱਲਣਾ, ਹੈ ਨਾ, ਕੋਈ ਆਪਾਂ ਨੂੰ ਉਵੇਂ ਨਹੀਂ ਸੀ। ਉਹਨੇ ਬਣਾਇਆ, ਅਸੀਂ ਉੱਥੇ ਕਿਚਨ 'ਚ ਉੱਥੇ ਰਿਕਾਰਡ ਰਿਕੂਡ ਕੀਤਾ ਸੀ ਉਹ, ਅਤੇ ਉਹ ਗਾਣਾ ਤਿਆਰ ਹੋਇਆ। ਗਾਣਾ ਕਰਨ ਦਾ ਇਹ ਸੀ ਕਿਉਂਕਿ ਜਿਹੜਾ ਮੇਰੇ ਨਾਲ ਮੁੰਡਾ ਸੀਗਾ ਜਿਹੜੀ ਉਹਦਾ ਬਰਥਡੇ ਸੀਗਾ, ਉਹ ਬਾਈ ਕਹਿੰਦਾ ਆਪਾਂ ਗਾਣਾ ਕੱਢ ਲੈਂਦੇ ਛੇਤੀ, ਅਤੇ ਫਿਰ ਉਹ ਇੱਦਾਂ ਕਰ ਲਿਆ ਸੀ, ਪਰ ਆਪਾਂ ਨੂੰ ਸੌਖਾ ਹੀ ਸੀ ਵੀ ਐਡਾ ਔਖਾ ਵਾਲਾ ਚੱਕਰ ਨਹੀਂ ਪਿਆ ਕੋਈ। ਤੁਹਾਡੇ ਲੇਟੈਸਟ ਗਾਣੇ 'ਤੇ ਆਉਂਦੇ ਆ ਤੀਸ ਮਾਰ ਖਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ, ਇਹ ਜਿਹੜੇ ਬੋਲ ਨੇ ਉਹ ਸੁਲਤਾਨ ਦੇ ਰੀਸੈਂਟ ਗਾਣੇ 'ਚੋਂ ਕਾਫੀ ਮਿਲਦੇ ਨੇ, ਕਾਫੀ ਮਿਲਦੇ ਜੁਲਦੇ ਨੇ, ਇਹ ਕਿਉਂ ਆ, ਇਹ ਸਿਮਿਲੈਰਿਟੀ ਕਿੱਦਾਂ ਸਬੱਬੀ ਹੋਈ ਹੈ ਜਾਂ ਫਿਰ ਪਰਪਸਲੀ ਹੋਈ ਸੀਗੀਆਂ, ਕੀ ਸਟੋਰੀ ਕੀ ਹੈ? ਸਬੱਬੀ ਤਾਂ ਨਹੀਂ ਕਹਿ ਸਕਦੇ ਬਈ, ਨਾ ਪਰਪਸਲੀ ਆਖ ਸਕਦੇ ਹਾਂ, ਕਿਉਂਕਿ ਮੈਨੂੰ ਨਹੀਂ ਪਤਾ ਉਹਨਾਂ ਦਾ ਪਰਪਸ ਕੀ ਆ, ਜਾਂ ਉਹ ਮੇਰੇ ਤੋਂ ਪਹਿਲਾਂ ਦੇ ਆਰਟਿਸਟ ਆ, ਹੈ ਨਾ, ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਬਾਈ ਵੀ ਵਧੀਆ ਕਰੀ ਜਾਂਦਾ ਆਪਦਾ ਕੰਮ, ਅਤੇ ਸਾਰੇ ਆਰਟਿਸਟ ਆਪਦਾ ਬੈਸਟ ਦਿੰਦੇ ਹੁੰਦੇ ਆ, ਪਰ ਜਿਹੜਾ ਇਹਦਾ ਮਿਊਜ਼ਿਕ ਕੀਤਾ ਗਿਆ ਇਸ ਗਾਣੇ ਦਾ, ਉਹ ਐਸ ਐਮ ਜੀ ਨੇ ਕੀਤਾ, ਜਿਹੜਾ ਮੇਰੇ ਟੀਮ ਦਾ ਬੰਦਾ ਇੰਡੀਆ, ਮੈਨੂੰ ਜਿੱਥੋਂ ਤੱਕ ਲੱਗਦਾ, ਕਿਉਂਕਿ ਐਸ ਐਮ ਜੀ ਤੋਂ ਜਿਹੜੇ ਮੁੰਡੇ ਨੇ ਮਿਊਜ਼ਿਕ ਕਰਾਇਆ ਉਹ ਸੁਲਤਾਨ ਦੇ ਨਾਲ ਕੰਮ ਕਰਦੇ, ਉਹਨਾਂ ਦੀ ਟੀਮ ਦਾ ਬੰਦਾ, ਤਾਂ ਮੇ ਬੀ ਉਹਨਾਂ ਨੇ ਉੱਥੇ ਸੁਣਿਆ ਹੋਣਾ, ਜਾਂ ਮੇ ਬੀ ਕੋਈ ਕਾਲ ਕੂਲ 'ਤੇ ਗੱਲ ਹੋ ਰਹੀ ਹੋਣੀ ਆ ਮੌਕੇ 'ਤੇ, ਜਾਂ ਉਹਨਾਂ ਨੇ ਸੁਣ ਲਿਆ ਹੋਣਾ ਮਿੱਤਰਾਂ ਦਾ ਨਾਂ ਚੱਲੀ ਜਾਂਦਾ ਵੀ ਇਹ ਸੈੱਟ ਕਰੀ ਜਾਂਦਾ, ਉਹ ਕਈ ਵਾਰੀ ਬੰਦੇ ਦੇ ਦਿਮਾਗ 'ਚ ਰਹਿ ਜਾਂਦੇ ਅੱਖਰ, ਹੈ ਨਾ, ਉਹਨਾਂ ਨੇ ਮੇ ਬੀ ਉੱਥੋਂ ਕਰ ਲਿਆ ਹੋਵੇ, ਪਰ ਆਪਾਂ ਮੈਂ ਹੁਣ ਕੁਛ ਨਹੀਂ ਕਹਿ ਸਕਦਾ ਇਸ ਗੱਲ 'ਤੇ। ਸੋ ਮਿੱਤਰਾਂ ਦਾ ਨਾਮ ਟਿਕਟੋਕ ਇੰਸਟਾਗ੍ਰਾਮ 'ਤੇ ਪਹਿਲਾਂ ਤੋਂ ਵਾਇਰਲ ਹੋ ਚੁੱਕਿਆ ਹੋਇਆ ਸੀਗਾ, ਹਾਂਜੀ, ਐਂਡ ਮਿੱਤਰਾਂ ਦਾ ਨਾਮ ਸੁਲਤਾਨ ਦਾ ਗਾਣਾ ਤੁਸੀਂ ਕਹਿ ਰਹੇ ਹੋ, ਉਹ ਬਾਅਦ ਦੇ ਵਿੱਚ ਆਏ ਜਾਂ ਜਦੋਂ ਬਣਦਾ ਪਿਆ ਸੀਗਾ? ਉਹ ਜਦੋਂ ਗਾਣਾ ਉਹਨਾਂ ਨੇ ਪੋਸਟਰ ਛੱਡਿਆ ਆਪਦੇ ਗਾਣੇ ਦਾ, ਜਿੱਦਣ ਉਹਨਾਂ ਨੇ ਪੋਸਟਰ ਪਾਇਆ ਮਿੱਤਰਾਂ ਦਾ ਨਾਂ ਮੇਰੇ ਨਾਲ ਹੁੰਦਾ ਮੁੰਡਾ ਮੁਲਕ, ਅਤੇ ਉਹ ਬਾਈ ਨੇ ਮੈਨੂੰ ਕਹਿੰਦਾ ਵੀ ਉਹਨਾਂ ਨੇ ਪੋਸਟਰ ਪਾਇਆ, ਲਾਈਨ ਆਪਣੇ ਵਰਗੀ ਸੇਮ ਲੱਗੀ ਜਾਂਦੀ, ਹੈ ਨਾ, ਵੀ ਆਪਾਂ ਕਰੀਏ ਕੁਛ, ਅਤੇ ਮੈਂ ਕਿਹਾ ਚੱਲ ਪਾ ਦਿੰਦੇ ਆਪਾਂ, ਕਿਉਂਕਿ ਨਹੀਂ ਤਾਂ ਕੱਲ੍ਹ ਨੂੰ ਇੱਦਾਂ ਲੱਗਣਾ ਸੀ ਵੀ ਅਸੀਂ ਕਾਪੀ ਕੀਤਾ, ਉਹ ਫਿਰ ਕਿਉਂਕਿ ਨਵੇਂ ਆਰਟਿਸਟ 'ਤੇ ਸਗੋਂ ਦੀ ਵੱਧ ਇੱਦਾਂ ਜਾਂਦਾ ਵੀ ਇਹਨੇ ਕਾਪੀ ਕੀਤਾ ਹੋਣਾ, ਉਹ ਤਾਂ ਆਲਰੇਡੀ ਚੱਲ ਰਿਹਾ। ਅਮੋਲਕ ਬਾਰੇ ਗੱਲ ਕੀਤੀ, ਅਮੋਲਕ ਕੌਣ ਨੇ? ਅਮੋਲਕ ਆਪਣੇ ਵੀਡੀਓ ਡਾਇਰੈਕਟਰ ਸਾਹਿਬ, ਜਿਹੜੇ ਸਾਰੇ ਗਾਣੇ ਦੀ ਵੀਡੀਓ ਕਰਦੇ ਆ, ਮੇਰਾ ਰੂਮਮੇਟ ਮੇਰੇ ਨਾਲ ਹੁੰਦਾ 24 ਘੰਟੇ ਬਾਈ, ਅਤੇ ਉਹ ਆਪਣਾ ਸਾਰਾ ਮੈਨੇਜਮੈਂਟ ਵੀ ਦੇਖਦੇ ਆ, ਵੀ ਸਾਰਾ ਕੁਝ ਦੇਖਦੇ ਆ। ਓਕੇ, ਗਾਣੇ ਦੀ ਵੀਡੀਓ ਅਮੋਲਕ ਨੇ ਕੀਤੀ, ਅਤੇ ਗਾਣੇ ਦੀ ਵੀਡੀਓ ਓਫੀਸ਼ਲੀ ਹੁਣ ਰਿਲੀਜ਼ ਹੋਈ ਆ 4 ਮਹੀਨੇ ਨੂੰ। ਹਾਂਜੀ ਹਾਂਜੀ ਹਾਂਜੀ, 4 ਮਹੀਨੇ ਰਿਲੀਜ਼ ਹੋਈ ਹੈ। ਗਾਣੇ ਦੀ ਆਡੀਓ ਦੀ ਸਨਿਪਟਸ ਪਹਿਲਾਂ ਤੋਂ ਆਊਟ ਹੋ ਗਈਆਂ ਹੋਈਆਂ ਸੀਗੀਆਂ, ਕਾਫੀ ਪੋਪੂਲੈਰਿਟੀ ਉਸ ਤੋਂ ਗੇਨ ਕੀਤੀ। ਆਡੀਓ ਪਹਿਲਾਂ ਆਉਣ ਦਾ ਕਾਰਨ ਬਰੋ ਇਹ ਸੀਗਾ, ਕਿਉਂਕਿ ਜਿੱਦਣ ਉਹਨਾਂ ਨੇ ਪੋਸਟਰ ਪਾਇਆ ਸੀ ਆਪਦੇ ਗਾਣੇ ਦਾ, ਉੱਦਣ ਅਸੀਂ ਇਹਦੀਆਂ ਇੱਕ ਪਹਿਰਾ ਪਾਤਾ ਸੀ ਗਾਣੇ ਦਾ ਆਲਰੇਡੀ, ਵੀ ਚਲੋ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਗਾਣਾ ਇਹਨਾਂ ਦਾ ਲਿਖਿਆ ਹੋਇਆ ਹੈਗਾ ਇਹ, ਉਹ ਮੇ ਬੀ ਕਿਸੇ ਨੇ ਆਡੀਓ ਪਹਿਲਾਂ ਤੋਂ ਕ੍ਰੋਪ ਕਰ ਕਰਕੇ ਜਾਂ ਡਾਊਨਲੋਡ ਕਰਕੇ ਆਪਦੇ ਚੈਨਲ 'ਤੇ ਪਾਤੀਆਂ ਸੀ, ਤਾਂ ਉੱਥੋਂ ਵਾਇਰਲ ਹੋ ਗਈਆਂ ਸੀ। ਓਕੇ, ਸੋ ਵੀਡੀਓ ਹੁਣ
ਉਹ ਲਿੰਕ ਬਰੋ ਬਣਿਆ ਆਪਣਾ ਜੋ ਓਨਰ ਨੇ 47 ਦੇ ਸਖਰਾਜ ਵੀਰਾ, ਮੈਨੂੰ ਉਹਨਾਂ ਦਾ ਮੈਸੇਜ ਆਇਆ ਸੀਗਾ ਕਹਿੰਦੇ ਵੀ ਤੁਹਾਡਾ ਗਾਣਾ ਪਸੰਦ ਆ ਹੈ ਨਾ ਆਪਾਂ ਨੂੰ, ਵੀ ਅਸੀਂ ਸੁਣਿਆ ਕਲਿੱਪ ਸੁਣੀ ਆ ਵੀ ਤੁਸੀਂ ਉਹ ਕਰ ਲਿਆ ਰੈਡੀ ਜਾਂ ਕਰਨਾ। ਸਾਡਾ ਕੋਈ ਇਰਾਦਾ ਹੈ ਨਹੀਂ ਸੀ ਅਜੇ ਇਹ ਕਰਨਾ, ਆਪਾਂ ਲੇਟ ਕਰਨਾ ਸੀਗਾ ਗਾਣਾ, ਪਰ ਬਾਈ ਨੂੰ ਪਸੰਦ ਸੀਗਾ ਫਿਰ ਆਪਾਂ ਆਖਿਆ ਚਲੋ ਕਰਦੇ ਹਾਂ ਇਹ ਛੇਤੀ ਰੈਡੀ ਕਰ ਲੈਂਦੇ ਆਪਾਂ। ਅਤੇ ਬਾਈ ਨੇ ਆਖਿਆ ਫਿਰ ਆਪਾਂ ਬਾਈ ਦੀ ਸੁਣੀ, ਆਪਾਂ ਉਹਦੀ ਫਿਰ 2-4 ਦਿਨਾਂ ਦੇ ਵਿੱਚ ਉਹਦੀ ਵੀਡੀਓ ਕੀਤੀ ਅਤੇ ਆਊਟ ਕੀਤਾ ਗਾਣਾ। ਗਾਂ ਤੋਂ ਕੀ ਪਲਾਨ ਹੈ 47 ਰੈਕਰਡਸ ਨਾਲ? ਗਾਂ ਆਪਣੇ ਆ ਰਹੇ ਆ ਬਰੋ, ਆਪਣੇ ਅਗਲੇ ਗਾਣੇ ਆ ਰਹੇ ਆ, 2 ਗਾਣੇ ਹੋਰ ਮੈਨੂੰ ਜਿਹੜੇ ਹੁਣ ਔਨ ਦੀ ਲਿਸਟ ਪਏ ਆ ਜਿਹੜੇ ਆਉਣੇ ਆ। ਅਤੇ ਅਗਲਾ ਗਾਣਾ ਸਰਪ੍ਰਾਈਜ਼ ਵੀ ਹੈਗਾ, ਵੱਡਾ ਮੇਰੇ ਲਈ, ਆਪਦੇ ਲਈ ਵੀ ਸਰਪ੍ਰਾਈਜ਼ ਆ, ਅਤੇ ਕੁਛ ਵੱਡਾ ਦੇਖਣ ਨੂੰ ਮਿਲੂਗਾ ਵੀਡੀਓ 'ਚ। ਪਰ ਹੁਣ ਤੁਹਾਡਾ 47 ਰੈਕਰਡਸ ਦੇ ਨਾਲ ਰਿਲੀਜ਼ ਹੋਇਆ ਕਰਨਗੇ ਗਾਣੇ? ਹਾਂਜੀ ਹਾਂਜੀ ਹਾਂਜੀ, 47 ਰੈਕਰਡਸ ਦੇ ਨਾਲ ਆਪਣੇ ਆ ਰਹੇ ਅਗਲੇ ਗਾਣੇ, ਬਹੁਤ ਆ ਰਿਹਾ। ਓਕੇ, ਲਿਖਣਾ ਤੁਸੀਂ ਕਦੋਂ ਸ਼ੁਰੂ ਕੀਤਾ ਸੀਗਾ? ਲਿਖਣਾ ਬਰੋ ਮੈਂ ਸ਼ੁਰੂ ਕੀਤਾ ਸੀਗਾ 8th ਜਾਂ 9th 'ਚ। ਅਤੇ ਉਦੋਂ ਤੋਂ ਹੀ ਤੁਸੀਂ ਇਸ ਤਰ੍ਹਾਂ ਦੀ ਮਤਲਬ ਕਿ ਕ੍ਰਿਸਪ ਅਤੇ ਰੈਪ ਸਟਾਈਲ ਸਿੰਗਿੰਗ ਤਰ੍ਹਾਂ ਹੀ ਲਿਖਦੇ ਆ ਰਹੇ? ਨਹੀਂ ਨਹੀਂ ਬਰੋ, ਉਦੋਂ ਜਿਹੜੇ ਮੈਂ ਲਿਖਦਾ ਹੁੰਦਾ ਸੀ ਉਹ ਤਾਂ ਜਿਵੇਂ ਜਵਾਕ ਲਿਖਦੇ ਹੁੰਦੇ ਆ ਵੀ ਅੱਖਰ ਜੋੜ ਲਏ, ਪੋਇਮਾਂ ਜਾਂ ਜੋੜ ਲਈਆਂ, ਹੋਰ ਹੀ ਕੁਛ ਕਰੀ ਜਾਂਦੇ ਹੁੰਦੇ ਹੈ ਨਾ। ਅਤੇ ਹੌਲੀ ਹੌਲੀ ਕਰਦੇ ਕਰਦੇ 10th ਤੱਕ ਵੀ ਆਪਦਾ ਥੋੜ੍ਹਾ ਜਿਹਾ ਸੈੱਟ ਵਧੀਆ ਲਿਖਣ ਵਾਲਾ ਸਿਸਟਮ ਜਿਹੜਾ ਉਸ ਹਿਸਾਬ ਦਾ ਦੇਖੀਏ ਤਾਂ ਉਸ ਉਮਰ ਦੇ ਹਿਸਾਬ ਦਾ ਉਹਦਾ ਕਰਨ ਲੱਗ ਗਏ ਸੀ। ਜਿਹੜੇ ਖੜਕੇ ਦੜਕੇ ਵਾਲੇ ਗਾਣੇ ਆ ਜਾਂ ਜਿਹੜਾ ਕ੍ਰਿਸਪ ਵਾਲੇ ਗਾਣੇ ਆ ਹੈ ਨਾ ਵੀ ਜਾਂ ਹੈਵੀ ਵਰਡ ਵਾਲੇ ਆ, ਉਹ ਮੈਂ ਇੱਥੇ ਆ ਕੇ ਸ਼ੁਰੂ ਕੀਤਾ ਕਿਉਂਕਿ ਹੁਣ ਸੁਣਦੇ ਹਾਂ ਆਪਾਂ ਇੱਥੇ ਆ ਕੇ ਇੱਕ ਮਿਊਜ਼ਿਕ ਵੀ ਚੇਂਜ ਹੁੰਦਾ, ਜਿਵੇਂ ਆਪਾਂ ਕਹਿੰਦੇ ਹਾਂ ਇੰਡੀਆ ਨਾਲੋਂ ਇੱਥੇ ਲਾਈਫ ਚੇਂਜ ਆ, ਹਰੇਕ ਚੀਜ਼ ਚੇਂਜ ਹੁੰਦੀ ਆ ਇੱਥੇ, ਮਿਊਜ਼ਿਕ ਵੀ ਚੇਂਜ ਹੁੰਦਾ ਫਿਰ ਬੰਦੇ ਦਾ, ਫਿਰ ਉਹ ਸੁਣ ਸੁਣ ਕੇ ਕੀਤੇ। ਇੰਡੀਆ ਤੋਂ ਆਡੀਅੰਸ ਦਾ ਰਿਸਪੋਂਸ ਆਉਂਦਾ ਤੁਹਾਨੂੰ? ਹਾਂਜੀ ਹਾਂਜੀ ਹਾਂਜੀ, ਇੰਡੀਆ ਤੋਂ ਬਹੁਤ ਜਾਣੇ, ਹਜੇ ਆ ਮੁਲਕ ਬੈਠਾ ਕੋਲ, ਇਹਨੂੰ ਵੀ ਪਤਾ ਇੰਡੀਆ ਤੋਂ ਕਾਲਾਂ ਆਉਂਦੀਆਂ ਹੁੰਦੀਆਂ, ਛੋਟੇ ਛੋਟੇ ਉਹ ਬੈਠੇ ਤੇ ਕ੍ਰਿਕਟ ਖੇਡਣ ਵਾਲੇ ਜਵਾਕ ਅਤੇ ਉਹ ਫੋਨ ਲਈ ਜਾਂਦੇ ਹੁੰਦੇ ਆ ਵੀ ਬਾਈ ਵਧੀਆ ਤੇਰਾ ਗਾਣਾ ਸੁਣਦੇ ਆ, ਵੀ ਦੱਸੋ ਕਦੋਂ ਤੋਂ ਲਿਖਣ ਲੱਗਿਆ ਤੁਸੀਂ? ਟ੍ਰੈਡੀਸ਼ਨਲ ਗਾਣਿਆਂ ਬਾਰੇ ਸੋਚਿਆ ਕਿ ਰੋਮਾਂਟਿਕ ਗਾਣੇ ਵੀ ਕਰੂੰਗਾ ਜਾਂ ਗਾਊਂਗਾ ਜਾਂ ਲਿਖੂੰਗਾ? ਹਾਂਜੀ ਹਾਂਜੀ ਹਾਂਜੀ, ਮੇਰੀ ਆਪਦੀ ਹੈ ਇੱਛਾ, ਮੈਂ ਰੋਮਾਂਟਿਕ ਵੈਸੇ ਬਹੁਤ ਘੱਟ ਲਿਖਦਾ, ਪਰ ਮੇਰਾ ਆਪਦਾ ਦਿਲ ਹੈ ਵੀ ਮੈਂ ਹਰੇਕ ਟੇਸਟ ਦਾ ਛੱਡਾਂ। ਫਿਲਹਾਲ ਮੇਰਾ ਇੰਨਾ ਫੋਕਸ ਆ ਵੀ ਮੈਂ ਥੋੜ੍ਹੇ ਜਿਹੇ ਨੱਚਣ ਟੱਪਣ ਵਾਲੇ ਕਰੀਏ ਆਪਾਂ ਗਾਣੇ, ਜਿਹਦੇ 'ਤੇ ਸਾਰੇ ਚਿੱਲ ਕਰੀਏ, ਅਤੇ ਜਿਹੜੇ ਹੈਗੇ ਦੂਜੇ ਸੈਡ ਹੋ ਗਏ ਜਾਂ ਉਹ, ਮੈਂ ਸੈਡ ਵਾਈਬ ਕੰਨੀ ਘੱਟ ਜਾਂਦਾ ਕਿਉਂਕਿ ਉਦਾਸ ਤਾਂ ਬੰਦਾ ਉੱਦਾਂ ਹੀ ਹੁੰਦਾ, ਇੱਕ ਗਾਣਾ ਸੁਣਾ ਸੁਣਾ ਕੇ ਆਪਾਂ ਹੋਰ ਉਦਾਸ ਕਰ ਦਿੰਦੇ ਹਾਂ, ਉਹਨਾਂ ਕੰਨੀ ਮੈਂ ਘੱਟ ਜਾਂਦਾ ਵੀ ਬੰਦਾ ਖੁਸ਼ ਹੋਵੇ ਹਰੇਕ ਹਰੇਕ ਉਹਦੇ 'ਚ ਮੂਡ 'ਚ। ਸੋ ਹੁਣ ਤੱਕ ਦੇ ਜਿਹੜੇ ਗਾਣੇ ਆ, ਅਗੈਨ ਆਪਾਂ ਉਹੀ ਗੱਲ ਕਰਦੇ ਵੀ ਸੀਗੇ ਖੜਕੇ ਤੜਕੇ ਵਾਲੇ ਗਾਣੇ ਆ, ਉਹ ਤੁਹਾਡੀ ਆਪਣੀ ਪਰਸਨੈਲਿਟੀ ਆ ਜਾਂ ਫਿਰ ਕਪਤਾਨ ਅਸਲ ਦੇ ਵਿੱਚ ਕਿਸ ਤਰ੍ਹਾਂ ਦਾ ਆ? ਨਹੀਂ ਨਹੀਂ ਬ੍ਰੋ, ਖੜਕੇ ਦੜਕੇ ਵਾਲੇ ਜਿਹੜੇ ਗਾਣੇ ਆ ਨਾ ਉਹ ਕਿਸੇ ਦੀ ਪਰਸਨੈਲਿਟੀ, ਮੈਨੂੰ ਨਹੀਂ ਪਤਾ ਹੋਰ ਰਾਈਟਰਾਂ ਦੀ ਪਰਸਨੈਲਿਟੀ ਉੱਦਾਂ ਦੀ ਹੋਵੇ, ਮੈਂ ਨਾ ਮਿਲਿਆ ਨਾ ਮੈਂ ਕਿਸੇ ਸਿੰਗਰ ਨਾਲ ਰਿਹਾ ਉੱਦਾਂ, ਪਰ ਮੈਂ ਜੋ ਲਿਖਦਾ ਹਰੇਕ ਬੰਦੇ ਨੂੰ ਉਹਦਾ ਟੇਸਟ ਦੇਣਾ ਚਾਹੁੰਦਾ। ਮੈਂ 3 ਗਾਣੇ ਜਿਹੜੇ ਆਪਣੇ ਹੁਣ ਆਊਟ ਕੀਤੇ ਆ, ਹੁਸਨ ਕੀਤਾ, ਹੁਸਨ ਗਾਣਾ ਵਧੀਆ ਗਿਆ ਸੀਗਾ ਆਪਣਾ, ਗਾਨਣ ਗੱਠਸ, ਅਤੇ ਆ ਹੁਣ 30 ਮਾਰਖਾਂ, ਮੈਂ ਹਰੇਕ ਬੰਦੇ ਨੂੰ ਉਹਦਾ ਟੇਸਟ ਦੇਣਾ ਚਾਹੁੰਦਾ ਵੀ ਜੋ ਸੁਣਨਾ ਪਸੰਦ ਕਰਦੇ ਆ। ਮੈਂ ਹਰੇਕ ਗਾਣੇ 'ਚ ਵੇਰੀਏਸ਼ਨ ਕਰਨ ਦੀ ਟਰਾਈ ਕੀਤੀ ਆ। ਦੂਜਾ ਹੁਸਨ ਸੀਗਾ ਵੀ ਕੁੜੀਆਂ ਨੂੰ ਜਿੱਦਾਂ ਦੇ ਪਸੰਦ ਹੁੰਦੇ ਆ, ਥੋੜ੍ਹੇ ਜਿਹੇ ਠੰਡੇ ਮਿੱਠੇ ਜਿਹੇ ਗਾਣੇ, ਉਹ ਉੱਦਾਂ ਦਾ ਸੀਗਾ। 30 ਮਾਰਖਾਂ ਆ ਗਿਆ ਸਾਰੇ ਹਾਣੀਆਂ ਜਾਂ ਦਾ ਵੀ ਜਿਹੜੇ ਫਨ ਸ਼ਨ ਭਾਲਦੇ ਵੀ ਹਾਂ ਨੱਚਣ ਟੱਪਣ ਵਾਲਾ ਗਾਣਾ ਹੋਵੇ, ਆਪਾਂ ਉੱਦਾਂ ਤਿਆਰ ਕੀਤਾ। ਪਰ ਤੁਹਾਡੀ ਵੀਡੀਓਜ਼ ਦੇ ਵਿੱਚ ਜਿਹੜੀ ਤੁਹਾਡੀ ਇੱਕ ਇਮੇਜ ਰਿਪ੍ਰੈਜੈਂਟ ਹੁੰਦੀ ਆ, ਉਹ ਹੁੰਦੀ ਹੈ ਇੱਕ ਲੜਾਕੂ ਜੀ ਦੀ, ਉਹ ਹੁੰਦੀ ਹੈ ਇੱਕ ਮਤਲਬ ਕਿ ਜਿਵੇਂ ਜਿਹਨਾਂ ਦਾ ਇੱਕ ਗੈਂਗ ਆ ਜਾਂ ਫਿਰ ਜਿਹੜਾ ਲੜਦੇ ਆ, ਲੜਨਾ ਪਸੰਦ ਕਰਦੇ ਆ ਸਿਨੇਪਲੈਕਸ ਦੇ ਖਲੋਤੇ। ਤੁਹਾਨੂੰ ਲੱਗਦਾ ਕਿ ਵੀ ਜਿਹੜੀ ਆਉਣ ਵਾਲੀ ਜਿਹੜੀ ਹੈਗੀ ਆ ਜਨਰੇਸ਼ਨ ਜਾਂ ਫਿਰ ਜਿਹੜਾ ਹੁਣ ਵੀ ਤੁਹਾਨੂੰ ਸੁਣਦੇ ਆ ਜਾਂ ਫਿਰ ਹੁਣੇ ਹੁਣੇ, ਖੈਰ ਹੁਣ ਤਾਂ ਇੰਡੀਆ ਤੋਂ ਘੱਟ ਔਰ ਆ ਰਹੇ ਨੇ ਲੋਕ, ਪਰ ਜਿਹੜੇ ਰੀਸੈਂਟਲੀ ਆਏ ਜਾਂ ਫਿਰ ਜਿਹੜਾ ਤੁਹਾਡਾ ਗਾਣਾ ਸੁਣਨਾ ਦੇਖਣਾ ਪਸੰਦ ਕਰਦੇ ਆ, ਉਹਨਾਂ ਦੇ ਵਿੱਚ ਵਾਇਲੈਂਸ ਦਾ ਕੋਈ ਇੱਕ ਮਤਲਬ ਕਿ ਇੱਕ ਤੁਸੀਂ ਛਾਪ ਛੱਡ ਰਹੇ ਆ, ਜਾਂ ਫਿਰ ਤੁਹਾਨੂੰ ਕਦੇ ਇਹ ਲੱਗਦਾ ਕਿ ਯਾਰ ਮੇਰੇ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਉਹਨਾਂ ਨੂੰ ਪੈ ਸਕਦਾ? ਨਹੀਂ ਨਹੀਂ ਬ੍ਰੋ, ਇਹਦਾ ਇੱਕ ਨਾ ਮੈਂ ਹੁਣ ਤੁਹਾਨੂੰ ਪੁਰਾਣੀ ਇੱਕ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਪੇਜ ਦੇ ਬਾਰੇ, ਮੈਂ ਉਹਦੇ ਨਾਲ ਹੀ ਰਿਲੇਟਡ ਗੱਲ ਦੱਸ ਦਿਉ ਤੁਹਾਨੂੰ ਵੀ ਜਿਹੜਾ ਪੇਜ ਬਣਾਇਆ ਸੀ ਨਾ ਮੈਂ ਪਹਿਲਾਂ ਜਦੋਂ ਔਨ ਸਾਰ ਇੱਥੇ ਮੈਂ ਬਣਾਇਆ, ਉਹਦਾ ਨਾਂ ਰੱਖਿਆ ਸੀ ਮੈਂ ਕੁਛ ਗੇੜੀ ਰੂਟ ਸਿਨੇਪਲੈਕਸ ਜਾਂ ਇੱਦਾਂ ਦਾ ਨਾਮ ਸੀਗਾ ਉਹਦਾ। ਫਿਰ ਜਦੋਂ ਰੱਖਿਆ ਉਦੋਂ ਦੂਜੇ ਦਿਨ ਉਹਦਾ ਨਾਮ ਚੇਂਜ ਹੋਇਆ ਸੀ, ਕਿਉਂਕਿ ਮੈਂ ਆਖਿਆ ਵੀ ਇਹਦੇ 'ਤੇ ਸਾਰੇ ਇੱਦਾਂ ਦੇ ਹੀ ਜਾਣੇ ਨੇ ਫੋਲੋ ਕਰਨਾ ਇਹਨੂੰ, ਜਾਂ ਜਿਹਦੇ ਗੇੜੀਆਂ ਪਸੰਦ ਕਰਦੇ ਆ, ਜਿਹੜੇ ਲੜਾਈ ਲੜੂਈ ਹੈ ਨਾ, ਕਿਉਂਕਿ ਮੇਰਾ ਆਪਦਾ ਟੇਸਟ ਹੈ ਨਹੀਂ ਉਹ। ਮੈਂ ਪੇਜ ਬਣਾਉਣਾ ਚਾਹੁੰਦਾ ਸੀਗਾ ਸਾਰਿਆਂ ਦੀ ਹੈਲਪ ਵਾਸਤੇ, ਮੈਂ ਕਿਹਾ ਵੀ ਇਸ 'ਤੇ ਹੈਲਪ ਤਾਂ ਨਹੀਂ ਹੋਣੀ, ਇਹਦੇ 'ਤੇ ਤਾਂ ਇੱਕ ਦੂਜੇ ਦਾ ਕਲੇਸ਼ ਹੀ ਪਵਾਵਾਂਗੇ ਆਪਾਂ। ਫਿਰ ਆਪਾਂ ਦੁਬਾਰੇ ਉਹਦਾ ਨਾਮ ਚੇਂਜ ਕਰਕੇ ਉਹ ਦੁਬਾਰੇ ਸ਼ੁਰੂ ਕੀਤਾ ਸੀ ਵੀ ਮੈਂ ਲੜਾਈ ਵਾਲੇ ਮਾਮਲੇ 'ਚ ਜਾਂ ਖੜਕੇ ਦੜਕੇ ਵਾਲੇ 'ਚ ਮੈਂ ਆਪਦਾ ਉੱਦਾਂ ਨਹੀਂ ਹੈਗਾ, ਪਰ ਗਾਣੇ ਹੁਣ ਜਿਹੜੇ ਜੋ ਜਿਹਨੂੰ ਪਸੰਦ ਆਪਾਂ ਨੂੰ ਉਹ ਜਾਂ ਤਾਂ ਅਗਲੇ ਨੂੰ ਦੇਣਾ ਪੈਣਾ ਵੀ ਫਿਰ ਅਗਲੇ ਪਸੰਦ ਕਰਨਗੇ। ਕਿਤੇ ਹੁੰਦਾ ਕਿ ਮਤਲਬ ਜਦੋਂ ਤੁਹਾਨੂੰ ਕੋਈ ਸਵਾਲ ਪੁੱਛਦਾ ਕਿ ਵੀ ਯਾਰ ਬਾਈ ਤੂੰ ਇੱਦਾਂ ਦੇ ਗਾਣੇ ਕਿਉਂ ਕਰਦਾ, ਤੁਸੀਂ ਉਹਨੂੰ ਕੀ ਕਹਿੰਦੇ ਹੋ? ਗਾਣੇ ਬ੍ਰੋ ਮੈਂ ਇਹ ਵੀ ਨਹੀਂ ਕਹਿੰਦਾ ਗਾਣੇ ਸਿਰਫ ਇੰਟਰਟੇਨਮੈਂਟ ਵਾਸਤੇ ਹੁੰਦੇ, ਹੁਣ ਕਈ ਹੁੰਦੇ ਆ ਇੰਟਰਵਿਊ 'ਤੇ ਆਖ ਦਿੰਦੇ ਆ ਵੀ ਜਾਂ ਬੈਕ ਸਟੇਜ ਹੋਰ ਹੁੰਦਾ ਜਾਂ
ਉਹ ਇੰਨੇ ਮੈਂ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਇੰਨੀ ਪ੍ਰਾਇਓਰਟੀ ਨਹੀਂ ਦਿੰਦਾ ਪਰ ਹਰੇਕ ਗਾਣੇ ਦਾ ਹਰੇਕ ਟੇਸਟ ਹੁੰਦਾ ਹਰੇਕ ਜ਼ੋਨ ਹੁੰਦਾ ਕਿਸੇ ਦਾ ਤੁਹਾਡਾ ਨੇਚਰ ਹੋਣਾ ਤੁਸੀਂ ਉਹੋ ਜਿਹੇ ਗਾਣੇ ਸੁਣਦੇ ਹੋਣੇ ਆ ਮੇਰਾ ਅੱਡ ਹੋਣਾ ਮੈਂ ਇਸ ਕਰਕੇ ਸਾਰਿਆਂ ਨੂੰ ਸਾਰਿਆਂ ਦੇ ਟੇਸਟ ਦਾ ਦੇਣਾ ਚਾਹੁੰਦਾ ਵੀ ਅਗਲੇ ਗਾਣੇ ਵੀ ਜਿਹੜੇ ਆਪਣੇ ਹੋਣਗੇ ਉਹ ਕੋਈ ਇੱਕ ਅੱਧਾ ਖੜਕੇ ਵਾਲਾ ਹੋਊਗਾ ਇੱਕ ਅੱਧਾ ਨੱਚਣ ਟੱਪਣ ਵਾਲਾ ਇੱਦਾਂ ਦਾ ਅੱਡ ਅੱਡ ਵੇਰੀਏਸ਼ਨ ਕੱਢਾਂਗੇ ਜਦੋਂ ਘਰਦਿਆਂ ਨੇ ਤੁਹਾਡਾ ਪਹਿਲਾਂ ਵੀਡੀਓ ਤੁਹਾਡੀ ਦੇਖੀ ਸੀਗੀ ਗਾਣਿਆਂ ਦੀ ਜਾਂ ਪਹਿਲਾਂ ਤੁਹਾਨੂੰ ਗਾਣੇ ਲਿਖਦਿਆਂ ਸੁਣਦਿਆਂ ਦੇਖਿਆ ਉਹਨਾਂ ਦਾ ਕੀ ਰਿਸਪੋਂਸ ਸੀਗਾ ਘਰਦਿਆਂ ਦਾ ਬਰੋ ਜਿਵੇਂ ਨੋਰਮਲ ਇੱਕ ਨੋਰਮਲ ਫੈਮਿਲੀ ਦੇ ਮੁੰਡੇ ਤਾਂ ਹੁੰਦਾ ਵੀ ਪੜ੍ਹ ਲਾ ਦੂੰ ਕਿ ਕਿਹੜੇ ਕਮੀ ਬਿਆਨ ਵੀ ਇਹਨਾਂ ਨੇ ਕੁਛ ਨਹੀਂ ਦੇਣਾ ਤੈਨੂੰ ਗਾਣੇ ਗੁਣਿਆਂ ਨੇ ਪਹਿਲਾਂ ਤਾਂ ਹੀ ਗਾਲਾਂ ਗੁਲੇ ਪੈਂਦੀਆਂ ਹੁੰਦੀਆਂ ਸੀ ਵੀ ਨਹੀਂ ਪਰ ਜਦੋਂ ਗਾਣਾ ਚੱਲਿਆ ਮੇਰੇ ਘਰਦਿਆਂ ਨੇ ਸਪੋਰਟ ਵੀ ਕੀਤੀ ਆ ਮੈਂ ਇੰਡੀਆ ਵੀ ਗਾਣੇ ਜਦੋਂ ਬਣਾਉਂਦੇ ਹੁੰਦੇ ਸੀ ਮੇਰੇ ਨਾਲ ਵਾਲੇ ਮੇਰੇ ਕਜ਼ਨ ਕੋਲ ਜਾ ਕੇ ਮੈਂ ਬਣਾਉਂਦਾ ਹੁੰਦਾ ਸੀਗਾ ਤਾਂ ਮੈਂ ਘਰੇ ਆ ਕੇ ਸੁਣਾਉਣਾ ਮੈਂ ਡੈਡੀ ਨੂੰ ਤਾਂ ਨਹੀਂ ਸੁਣਾਉਂਦਾ ਘੱਟ ਸੁਣਾਉਂਦਾ ਸੀ ਯਾਰ ਮੰਮਾ ਨੂੰ ਮੈਂ ਸੁਣਾਤਾ ਅਤੇ ਮੰਮਾ ਨੇ ਡੈਡੀ ਨੂੰ ਸੁਣਾ ਦੇਣਾ ਵੀ ਅੱਜ ਆਹ ਬਣਾ ਕੇ ਲਿਆਇਆ ਉਹਦਾ ਗਾਣਾ ਦੇਖਿਓ ਮਾੜਾ ਜਿਹਾ ਅਤੇ ਮਤਲਬ ਚੱਲਦਾ ਸੀ ਪਰ ਸਪੋਰਟ ਕਰਦੇ ਸੀ ਮੈਨੂੰ ਪਤਾ ਉਹ ਹੁਣ ਵੀ ਕਰਦੇ ਆ ਹੁਣ ਸਗੋਂ ਦੀ ਵੱਧ ਕਰਦੇ ਉਹਨਾਂ ਨੂੰ ਪਤਾ ਵੀ ਕੁਛ ਕਰ ਰਿਹਾ ਮੁੰਡਾ ਸਾਡਾ ਵੀ ਇੱਥੋਂ ਪਿੰਡ ਛੱਡ ਕੇ ਜੇ ਉਹ ਗਿਆ ਅਤੇ ਉਹ ਸਰੀ ਜਾ ਕੇ ਬੈਠਾ ਜਾਂ ਉਹ ਕੈਨੇਡਾ ਜਾ ਕੇ ਬੈਠਾ ਅਤੇ ਉੱਥੇ ਜਾ ਕੇ ਆਪਦਾ ਨਾਮ ਬਣਾਈ ਜਾਂਦਾ ਪਿਆ ਤਾਂ ਉਹ ਸਪੋਰਟ ਕਰਦੇ ਹੁਣ ਖੁਸ਼ ਨੇ ਵੀਡੀਓਜ਼ ਦੇ ਵਿੱਚ ਤੁਹਾਡਾ ਕਾਫੀ ਵੱਡਾ ਸਰਕਲ ਨਜ਼ਰ ਆਉਂਦਾ ਹਾਂਜੀ 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 ਵੀਡੀਓ ਅਸਲ 'ਚ ਜੋ ਵਿਜੁਅਲਾਈਜ਼ ਕੀਤਾ ਹੁੰਦਾ ਵੀ ਵੀਡੀਓ 'ਚ ਆਪਾਂ ਇੱਦਾਂ ਬਣਾਉਣਾ ਵੀ ਗਰੁੱਪ ਖੜ੍ਹਾ ਇੱਕ ਮੁੰਡਿਆਂ ਦਾ ਹੈ ਨਾ ਜਿਵੇਂ ਹੁੰਦੇ ਆ ਸਾਰਿਆਂ ਦੇ ਗਰੁੱਪ ਹੁੰਦੇ ਆ ਉਹ ਮੇਰਾ ਸੁਭਾਅ ਜਾਂ ਬਹੁਤ ਘੱਟ ਲੋਕਾਂ ਦਾ ਹੁੰਦਾ ਜਿਹੜੇ ਗਰੁੱਪ ਨਹੀਂ ਬਣਾਉਂਦੇ ਆਪਦਾ ਜਾਂ ਨਹੀਂ ਰਹਿਣਾ ਚਾਹੁੰਦੇ ਹੁੰਦੇ ਵੱਡੇ ਵੱਡੇ ਆਪਣੇ ਕਰੂ ਦੇ ਵਿੱਚ ਉਹ ਉੱਦਾਂ ਰਹਿੰਦੇ ਪਰ ਨੋਰਮਲੀ ਸਾਰਿਆਂ ਦੇ ਯਾਰ ਦੋਸਤ ਹੁੰਦੇ ਆ ਉਹ ਖੜ੍ਹੇ ਆ ਆਪਾਂ ਵੀ ਵੀਡੀਓ 'ਚ ਜੋ ਸੋਚਦੇ ਹਾਂ ਮੈਂ ਟਰਾਈ ਕਰਦਾ ਹੁੰਦਾ ਹਮੇਸ਼ਾ ਉਹ ਲਿਆਤਾ ਜਾਵੇ ਹੈ ਨਾ ਜੋ ਦਿਖਦਾ ਉਹ ਮੂਹਰੇ ਆਵੇ ਵੀ ਜੋ ਗਾਣੇ 'ਚ ਮੈਂ ਸ਼ੋਅ ਕਰਨਾ ਚਾਹੁੰਦਾ ਦੋ ਲਾਈਨਾਂ 30 ਮਾਰਕਾਂ ਤੇ ਹੋ ਜਾਣ ਹਾਂਜੀ ਹਾਂਜੀ ਉਹਦੀ ਲਾਈਨ ਸੀ ਕਹਿੰਦਾ 30 ਮਾਰਕਾਂ ਯੱਟ 30 ਮਾਰਕਾਂ ਤੇਰੇ ਸ਼ਹਿਰ ਵਿੱਚ ਚੱਲਦਾ ਹੈ ਮਿੱਤਰਾਂ ਦਾ ਨਾਂ ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ ਤਾਂ ਹੀ ਬੈਰੀ ਦੇ ਬਨੇਰਿਆਂ ਤੇ ਟੌਰ ਟੱਪੇ ਵਾਲੀ ਯਾਰਾ ਧੰਨ ਧੰਨ ਕਰਵਾਈ ਹੁੱਡੀ ਓਵੀਓ ਦੀ ਪਾਈ ਸ਼ੇਡ ਐਲ ਵੀ ਦੀ ਲਾਈ ਕਿਵੇਂ ਇੰਨੇ ਆ ਮੁਹੱਲਿਆਂ ਦਾ ਬਣੂ ਮੈਂ ਜਵਾਈ ਰੰਨਾ ਸੋਹਣੀਆਂ ਨੇ ਮੈਨੂੰ ਐਵੇਂ ਟੈਂਸ਼ਨ ਜੀ ਪਾਈ ਕਿਸ ਤਰ੍ਹਾਂ ਦਾ ਮਿਊਜ਼ਿਕ ਤੁਸੀਂ ਆਪ ਸੁਣਨਾ ਲਾਈਕ ਕਰਦੇ ਹੋ ਮੈਂ ਹੁਣ ਜਿਹੜੇ ਹਿਸਾਬ ਦੇ ਤੁਸੀਂ ਗਾਣੇ ਸੁਣੇ ਹੋਣੇ ਆਪਣੇ ਜਿਹੜੇ ਤਿੰਨ ਗੀਤ ਤੁਸੀਂ ਉਹਨਾਂ ਦੇ ਕੰਪੈਰੇਟਿਵ ਤਾਂ ਤੁਸੀਂ ਮੈਨੂੰ ਐਂ ਦੇਖਣਾ ਵੀ ਇਹ ਬੜੇ ਚੱਕ ਮੈਂ ਸੁਣਦਾ ਹੋਣਾ ਗਾਣੇ ਜਾਂ ਉੱਦਾਂ ਪਰ ਮੈਂ ਬਹੁਤ ਠੰਡੇ ਵਾਲੇ ਗਾਣੇ ਸੁਣਨਾ ਪਸੰਦ ਕਰਦਾ ਵੀ ਜਾਂ ਨਵੇਂ ਆਰਟਿਸਟਾਂ ਦੇ ਹੈ ਨਾ ਵੀ ਕੀ ਕੱਢ ਰਹੇ ਆ ਕੀ ਆ ਰਿਹਾ ਮਾਰਕੀਟ 'ਚ ਪਰ ਮੈਂ ਨੁਸਰਤ ਜਿਹਨੂੰ ਸੁਣ ਲੈਂਦਾ ਹੁੰਦਾ ਉਹਨਾਂ ਦੀ ਮੈਨੂੰ ਦੋ ਕੁਆਲੀਆਂ ਵਧੀਆ ਲੱਗਦੀਆਂ ਨੇ ਅਤੇ ਗੁਰਦਾਸ ਮਾਨ ਸਾਹਿਬ ਸੁਣ ਲਈਦੇ ਆ ਬੱਬੂ ਮਾਨ ਸਾਹਿਬ ਸੁਣ ਲਈਦੇ ਆ ਮੈਂ ਆਪ ਥੋੜ੍ਹੇ ਜਿਹੇ ਓਲਡ ਟੱਚ ਦੇ ਸੁਣਨੇ ਪਸੰਦ ਕਰਦਾ ਮੈਨੂੰ ਗਾਣੇ ਕੋਈ ਫੇਵਰੇਟ ਮਿਊਜ਼ਿਕ ਇੰਸਟਰੂਮੈਂਟ ਆ ਤੁਹਾਡਾ ਫੇਵਰੇਟ ਇੰਸਟਰੂਮੈਂਟ ਮੇਰਾ ਗਿਟਾਰ ਜਿਹੜਾ ਮੈਂ ਸਿੱਖਣਾ ਚਾਹੁੰਦਾ ਵੀ ਮੈਂ ਬੈਠਾ ਹਾਂ ਅਤੇ ਮੈਂ ਹਰੇਕ ਦੂਜੇ ਦਿਨ ਵੀਡੀਓ ਪਾ ਦਿਆ ਕਰਾਂ ਇੰਸਟਾ 'ਤੇ ਮਾੜਾ ਜਿਹਾ ਮੈਨੂੰ ਆਉਂਦਾ ਹੋਇਆ ਗਿਟਾਰ ਵਜਾਉਣਾ ਵੀ ਦੋ ਲਾਈਨਾਂ ਲਿਖੀਆਂ ਬਈ ਆਹ ਲੋ ਸੁਣੋ ਕੋਈ ਫੇਵਰੇਟ ਸਿੰਗਰ ਆ ਤੁਹਾਡਾ ਜਿਹਨਾਂ ਦੇ ਗਾਣੇ ਤੁਸੀਂ ਹੁਣ ਤੱਕ ਸੁਣਦੇ ਆਏ ਹੋ ਲਗਾਤਾਰ ਛੋਟੇ ਹੁੰਦਿਆਂ ਤੋਂ ਸੁਣਦੇ ਆਏ ਜੀ ਗੁਰਦਾਸ ਮਾਨ ਸਾਹਿਬ ਉਹ ਮੈਂ ਸ਼ੁਰੂ ਤੋਂ ਸੁਣਦਾ ਆਇਆ ਅਤੇ ਬੱਬੂ ਮਾਨ ਬਾਈ ਦੇ ਗਾਣੇ ਸੁਣਦੇ ਆਏ ਗਨਸ ਐਂਡ ਗੱਟ ਜਾਂ ਫਿਰ 30 ਮਾਰਕਾਂ ਤੀਸ ਮਾਰਕਾਂ ਕਿਉਂਕਿ ਗਨ ਐਂਡ ਗੱਟ 'ਚ ਥੋੜ੍ਹਾ ਜਿਹਾ ਖੜਕੇ ਦੜਕੇ ਵਾਲਾ ਕੰਮ ਆ 30 ਮਾਰਕਾਂ ਚਿੱਲ ਵਾਈ ਵਾ ਇਹਦੇ 'ਚ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਵੀ ਮੈਂ ਤਾਂ ਵੱਡਾ ਮੈਂ ਡੋਮੀਨੇਟਰ ਹਾਂ ਤੂੰ ਨਹੀਂ ਹੈਗਾ ਉਹ ਵਾਈ ਵੱਡ ਸੀ ਪਰ ਇਹ ਗਾਣਾ ਥੋੜ੍ਹਾ ਜਿਹਾ ਨੱਚਣ ਟੱਪਣ ਵਾਲਾ ਖੇਡਣ ਵਾਲਾ ਸਾਰਿਆਂ ਦੇ ਹੁਸਨ ਗਾਣੇ 'ਚ ਦੋ ਕੁ ਲਾਈਨਾਂ ਹੋ ਜਾਣ ਹੁਸਨ ਗਾਣੇ ਦੀਆਂ ਬਾਈ ਮੇਰੀਆਂ ਫੇਵਰੇਟ ਲਾਈਨਾਂ ਮੇਰਾ ਨਾਂ ਵਾਲੀਆਂ ਨੇ ਜਿੱਥੇ ਕਹਿੰਦਾ ਹੁੰਦਾ ਕਪਤਾਨ ਮੇਰਾ ਨਾਂ ਤੂੰ ਜਾਣਦੀ ਹੋਏਗੀ ਸਰੀ ਪਿੰਡ ਮਿੱਤਰਾਂ ਦਾ ਵੀ ਪਛਾਣਦੀ ਹੋਏਗੀ ਤੇਰੀ ਸਹੇਲੀ ਦਾ ਕਰਸ਼ ਮੈਂ ਆ ਮੇਰੀ ਬੁੱਗੇ ਤੂੰ ਪਤਾ ਸੀ ਗੱਲ ਸੁਣ ਹੈਰਾਨ ਜੀ ਹੋਏਗੀ ਪੂਰੀ ਚੋਬਰ ਦੀ ਟੌਰ ਯਾਰ ਚਾਰ ਵੈਰੀ 40 ਆ ਰੋਮੀਓ ਸਿਰੇ ਦਾ ਮੁੰਡਾ ਰੈਂਬੋ ਵੀ ਸ਼ਿਕਾਰੀ ਆ ਅੜਦਾਣੀ ਕੰਮ ਜਿੱਥੇ ਮੈਂ ਮਰੀ ਤਾੜੀ ਆਣੀ ਚੱਕਦਾਣੀ ਫੋਨ ਕਹਿੰਦੀ ਮੈਂ ਕਿਹਾ ਡਮਾਡੀ ਬਾਲੀ ਆ ਆਲੀ ਸੀ ਅੱਗੇ ਦੇ ਕੀ ਪਲਾਨਸ ਨੇ ਅੱਗੇ ਦੇ ਕੀ ਪਲਾਨਸ ਨੇ ਤੁਹਾਡੇ ਕੋਈ ਕੋਲੈਬੋਰੇਸ਼ਨ ਬਾਰੇ ਸੋਚਿਆ ਜਾਂ ਫਿਰ ਸਿੰਗਲ ਟਰੈਕਸ ਖੁਦ ਦੇ ਹੀ ਕੱਢੋਗੇ ਜ਼ਿਆਦਾ ਫੋਕਸ ਬਰੋ ਸਿੰਗਲ ਟਰੈਕਾਂ 'ਤੇ ਆ ਕਿਉਂਕਿ ਹਜੇ ਕਿਹੜਾ ਆਪਦਾ ਟੈਲੈਂਟ ਮਾੜਾ ਜਿਹਾ ਸ਼ੋਅ ਕਰੀਏ ਸਾਰਿਆਂ ਨੂੰ ਵੀ ਆਪਣੇ ਜਿਹੜੇ ਲਿਖੇ ਪਏ ਇੰਨੇ ਸਾਲਾਂ ਦੇ ਜਮ੍ਹਾਂ ਕੀਤੇ ਗਾਣੇ ਸਾਰੇ ਉਹ ਕੱਢੀਏ ਪਰ ਕੋਲੈਬੋਰੇਸ਼ਨਸ ਲਈ ਵੀ ਮੈਂ ਰੈਡੀ ਹੁੰਦਾ ਜੇ ਕੁਛ ਵਧੀਆ ਤਿਆਰ ਹੁੰਦਾ ਕਿਸੇ ਕੋਲ ਹੈ ਨਾ ਵੀ ਚਾਹੇ ਨਵਾਂ ਆਰਟਿਸਟ ਹੈ ਚਾਹੇ ਕੋਈ ਪੁਰਾਣਾ ਆਰਟਿਸਟ ਹੈ ਜੋ ਆਪ ਅਪਰੋਚ ਕਰਦਾ ਵੀਰੇ ਆਪਾਂ ਇਕੱਠੇ ਕੰਮ ਕਰਦੇ ਹਾਂ ਆਮ ਆਲਵੇਜ਼ ਅਪ ਥੈਂਕ ਯੂ ਬਹੁਤ ਬਹੁਤ ਤੁਹਾਡਾ ਤੁਸੀਂ ਟਾਈਮ ਕੱਢਿਆ ਥੈਂਕ ਯੂ ਬ੍ਰੋ ਅਤੇ ਕਨੈਕਟ ਐਫ ਐਮ ਵੱਲੋਂ ਅਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ਿਜ਼ ਨੇ ਅੱਗੇ ਵੀ ਤੁਸੀਂ ਹੋਰ ਬਹੁਤ ਬਿਹਤਰੀਨ ਵਧੀਆ ਵਧੀਆ ਗਾਣੇ ਕੱਢੋ ਥੈਂਕ ਯੂ ਬ੍ਰੋ ਥੈਂਕ ਯੂ ਸੋ ਮਚ